ਬਾਬਾ ਜੀ ਰਾਧਾ ਸਵਾਮੀ ਜੀ ਕੀ ਬਾਬਾ ਜੀ ਜਿਹੜੀਆਂ ਰੂਹਾਂ ਭਜਨ ਸਿਮਰਨ ਕਰਨੀਆਂ ਉਹਨਾਂ ਨੂੰ ਦੁੱਖ ਤਕਲੀਫਾਂ ਜ਼ਿਆਦਾ ਚੱਲਣੀਆਂ ਪੈਂਦੀਆਂ? ਨਹੀਂ ਬੇਟਾ, ਇਹ ਪਤਾ ਨਹੀਂ ਸਰਸੰਗੀਆਂ 'ਚ ਕਿਉਂ ਇਸ ਚੀਜ਼ ਦਾ ਭਰਮ ਹੈਗਾ। ਹੁਣ ਕਰਮ ਤਾਂ ਬੇਟਾ ਹਰੇਕ ਜਾਣਾ ਆਪਣੇ ਨਾਲ ਲੈ ਕੇ ਆਇਆ, ਹਿਸਾਬ ਕਿਤਾਬ ਆਪਣੇ ਕਰਮਾਂ ਦਾ ਦੇਣਾ ਪਊਗਾ। ਕੋਈ ਨਾਲ ਤੁਹਾਨੂੰ ਕਰਮ ਦੇ ਨਹੀਂ ਸਕਦਾ, ਕੋਈ ਤੁਹਾਡੇ ਲੈ ਨਹੀਂ ਸਕਦਾ। ਹੁਣ ਆਪਣਾ ਕੀ ਲਕਸ਼ ਹੈ ਕਿ ਆਪਾਂ ਕਰਮ ਕਾਂਡ 'ਚੋਂ ਨਿਕਲੀਏ, ਆਪਾਂ ਵਾਪਸ ਆਪਣੇ ਸੱਚੇ ਘਰ ਜਾਈਏ? ਬੇਟਾ ਜੇ ਇਹੀ ਆਪਣਾ ਲਕਸ਼ ਹੈ ਤਾਂ ਜਿੰਨੀ ਛੇਤੀ ਮਾਲਕ ਉਹ ਕਰਮਾਂ ਨੂੰ ਖਤਮ ਕਰੂਗਾ ਉਨਾ ਸਾਨੂੰ ਬਿਹਤਰ ਹੋਊਗਾ, ਉਨਾ ਸਾਡਾ ਬੋਝ ਹਲਕਾ ਹੋਊਗਾ। ਹੁਣ ਜਿਹੜਾ ਕਹਿੰਦਾ ਵੀ ਮੈਂ ਤਾਂ ਇੱਥੇ ਹੀ ਰਹਿਣਾ, ਉਹ ਕਰਮ ਬਣਾਈ ਜਾਊਗਾ ਬੇਟਾ। ਮਗਰ ਇਹ ਕਹਿਣਾ ਕਿ ਜੀ ਸਰਸੰਗੀਆਂ ਨੂੰ ਜ਼ਿਆਦਾ ਭੋਗਣਾ ਪੈਂਦਾ, ਇਸ ਤਰ੍ਹਾਂ ਨਹੀਂ ਹੁੰਦਾ। ਬਾਬਾ ਜੀ ਦੂਜਾ ਕੁਐਸਚਨ, 2009 ਤੋਂ ਲੋਕ ਸੇਵਾ ਤੇ ਹੁੰਦੇ ਸੀ, ਜਦੋਂ ਤੋਂ ਹੁਣ ਹਟ ਗਏ ਉਦੋਂ ਤੋਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿੱਚ ਸਭ ਨੇ ਘੇਰ ਲਿਆ, ਕੀ ਇਹ ਸੇਵਾ ਦਾ ਕਰਕੇ ਨਾ ਆਉਣ ਕਰਕੇ? ਬੇਟਾ ਆਪਾਂ ਸਾਰਿਆਂ ਨੇ ਨਾ ਦੇਖੋ, ਆਪਾਂ ਧਿਆਨ ਦਿੰਦੇ ਹਾਂ ਕਿ ਆਪਾਂ ਨੂੰ ਜੋ ਨਹੀਂ ਕਰਨਾ ਚਾਹੀਦਾ, ਨੰਨਾ ਲੈ ਕੇ ਚੱਲਦੇ ਹਾਂ ਆਪਾਂ। ਆਪਾਂ ਨੂੰ ਦੇਖਣਾ ਚਾਹੀਦਾ ਕਿ ਆਪਾਂ ਕੀ ਕਰਨਾ। ਜੇ ਕਰਾਂਗੇ ਭਜਨ ਸਿਮਰਨ ਕਰਾਂਗੇ, ਅੰਦਰੋਂ ਰਸ ਆਊਗਾ, ਮਿਠਾਸ ਆਊਗੀ, ਇਹ ਸਭ ਚੀਜ਼ਾਂ ਫਿੱਕੀਆਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਨੰਨਾ ਲੈ ਕੇ ਨਾ ਚੱਲੋ, ਉਸ ਚੀਜ਼ ਦੇ ਉੱਤੇ ਧਿਆਨ ਦਿਓ ਕਿ ਕਰਨਾ ਕੀ ਹੈ। ਜਿਵੇਂ ਜਿਵੇਂ ਉਹਨੂੰ ਕਰੋਂਗੇ, ਠੀਕ ਹੈ, ਅੰਦਰੋਂ ਮਨ ਵਿੱਚ ਠਹਿਰਾ ਆਊਗਾ, ਆਪਣੇ ਆਪ ਤਾਕਤ ਮਿਲੂਗੀ ਕਿ ਆਪਾਂ ਇਹਨਾਂ 'ਤੇ ਕਾਬੂ ਪਾ ਸਕੀਏ। ਬਾਬਾ ਜੀ, ਆਈ ਐਮ ਸਟਿਲ ਵਿਦਆਊਟ ਨਾਮਦਾਨ, ਸੋ ਫਸਟ ਆਫ ਆਲ ਆਈ ਰਿਕੁਐਸਟ ਯੂ ਪਲੀਜ਼ ਪਿਟੀ ਔਨ ਮੀ ਐਂਡ ਬਲੈਸ ਮੀ ਵਿਦ ਯੂਰ ਨਾਮਦਾਨ। ਐਂਡ ਮਾਈ ਫਸਟ ਕੁਐਸਚਨ ਇਜ, ਵਟ ਸ਼ੁਡ ਆਈ ਡੂ ਟੂ ਮੇਕ ਯੂ ਹੈਪੀ? ਬੀ ਅ ਗੁੱਡ ਹਿਊਮਨ ਬੀਂਗ ਬੇਟਾ, ਚੰਗੇ ਇਨਸਾਨ ਬਣੋ, ਕਿਉਂਕਿ ਹਰੇਕ ਚੀਜ਼ ਦੀ ਨੀਂਹ ਇਨਸਾਨੀਅਤ ਉੱਤੇ ਰੱਖੀ ਹੈ ਬੇਟਾ। ਜੇ ਆਪਾਂ ਚੰਗੇ ਇਨਸਾਨ ਨਹੀਂ ਤਾਂ ਸਾਡੇ ਤੋਂ ਨਾ ਆਪਣਾ ਭਜਨ ਸਿਮਰਨ ਵੀ ਨਹੀਂ ਹੋਣਾ ਬੇਟਾ। ਸੋ ਨੀਂਹ ਤਾਂ ਬਣਾਓ ਨਾ ਭਜਨ ਸਿਮਰਨ ਦੀ। ਸੋ ਮਾਈ ਸੈਕਿੰਡ ਕੁਐਸਚਨ, ਵਟ ਸ਼ੁਡ ਆਈ ਬੈਕ ਫਰੋਮ ਯੂ ਇਨ ਪ੍ਰੇਅਰ? ਕੁਛ ਵੀ ਨਹੀਂ ਬੇਟਾ, ਜਿਹੜਾ ਦੇਣ ਦੀ ਤਾਕਤ ਰੱਖਦਾ ਉਹ ਜਾਣਨ ਦੀ ਵੀ ਤਾਕਤ ਰੱਖਦਾ। ਆਪਾਂ ਮੰਗ ਕੇ ਆਪਣਾ ਦਾਇਰਾ ਛੋਟਾ ਕਰਕੇ ਬਹਿ ਜਾਂਗੇ। ਸੋ ਇਸ ਕਰਕੇ ਕਿਆ ਮੰਗੂ ਕੁਛ ਥਿਰ ਨਾ ਰਹਾ ਹੈ, ਜੋ ਉਹਨੇ ਦੇਣਾ ਉਹ ਤਾਂ ਦੇਣਾ ਹੀ ਦੇਣਾ ਬੇਟਾ। ਆਪਾਂ ਕਿਉਂ ਮੂੰਹ ਖੋਲ ਕੇ ਆਪਣਾ ਦਾਇਰਾ ਛੋਟਾ ਕਰਦੇ ਹਾਂ? ਥੈਂਕ ਯੂ ਬਾਬਾ ਜੀ ਫੋਰ ਦਿਸ ਚਾਂਸ। ਰਾਧਾ ਸਵਾਮੀ ਬਾਬਾ ਜੀ, ਰਾਧਾ ਸਵਾਮੀ ਬਾਬਾ ਜੀ, ਭਜਨ ਸਿਮਰਨ ਤੇ ਦਿਲ ਨਹੀਂ ਲੱਗਦਾ। ਕਿਵੇਂ ਦਿਲ ਲਾਵਾਂ ਤੁਹਾਡਾ ਸਾਰਿਆਂ ਦਾ, ਕੀ ਹੋ ਗਿਆ ਤੁਹਾਡੇ ਦਿਲਾਂ ਨੂੰ ਬੇਟਾ? ਬੈਠ ਨਹੀਂ ਹੁੰਦਾ ਬਹੁਤ। ਨਹੀਂ ਮੈਨੂੰ ਇਹ ਦੱਸੋ, ਆਪਾਂ ਰੋਜ਼ ਭੁੱਖ ਲੱਗੀ ਹੋਵੇ ਨਾ ਲੱਗੀ ਹੋਵੇ ਆਪਾਂ ਰੋਟੀ ਖਾਂਦੇ ਹਾਂ ਕਿ ਨਹੀਂ ਖਾਂਦੇ? ਆਪਣੀ ਲੋੜ ਨੂੰ ਖਾਂਦੇ ਹਾਂ। ਉਸੇ ਤਰ੍ਹਾਂ ਬੇਟਾ ਸਾਨੂੰ ਭਜਨ ਸਿਮਰਨ ਦੀ ਲੋੜ ਹੈ, ਕਿਉਂਕਿ ਇਹ ਤਾਂ ਸਰੀਰ ਵਾਸਤੇ ਹੈ, ਆਪਾਂ ਆਤਮਾ ਦਾ ਵੀ ਖਿਆਲ ਰੱਖਣਾ ਹੈ ਨਾ। ਜਿੰਨਾ ਚਿਰ ਆਪਾਂ ਭਜਨ ਸਿਮਰਨ ਨਹੀਂ ਕਰਾਂਗੇ, ਆਤਮਾ ਨੂੰ ਖੁਰਾਕ ਨਹੀਂ ਮਿਲੂਗੀ ਤਾਂ ਮਨ ਨੂੰ ਸ਼ਾਂਤੀ ਨਹੀਂ ਮਿਲਣ ਲੱਗੀ। ਸੋ ਇਹਦੀ ਲੋੜ ਸਾਨੂੰ ਹੈ, ਕਿਸੇ ਹੋਰ ਨੂੰ ਨਹੀਂ। ਕੀ ਹੁਣ ਜਿਵੇਂ ਕੋਈ ਮਿਹਨਤ ਕਰਦਾ ਹੈ ਜਾਂ ਨੌਕਰੀ 'ਤੇ ਜਾਂਦਾ, ਭਾਵੇਂ ਤਬੀਅਤ ਠੀਕ ਹੋਵੇ ਨਾ ਹੋਵੇ, ਜਾਂਦਾ ਕਿ ਨਹੀਂ ਜਾਂਦਾ? ਕਿਉਂਕਿ ਜੇ ਨਹੀਂ ਜਾਊਗਾ ਤਾਂ ਤਨਖਾਹ ਨਹੀਂ ਮਿਲਣੀ। ਸੋ ਉਸੇ ਤਰ੍ਹਾਂ ਬੇਟਾ, ਜਿੰਨਾ ਚਿਰ ਆਪਾਂ ਨਹੀਂ ਕਰਾਂਗੇ ਤਾਂ ਆਪਾਂ ਨੂੰ ਕਿਵੇਂ ਮਿਲੂਗਾ ਬੇਟਾ? ਸੋ ਇਹ ਤਾਂ ਆਪਾਂ ਮਨ ਮਾਰ ਕੇ ਬੈਠੀਏ। ਠੀਕ ਹੈ ਜੀ। ਬਾਬਾ ਜੀ ਮੇਰਾ ਇਹ ਸਵਾਲ ਹੈ ਜੀ, ਤੁਹਾਨੂੰ ਅਸੀਂ ਸਭ ਤੋਂ ਵੱਧ ਪਿਆਰ ਕਰਦੇ ਹਾਂ, ਸਾਨੂੰ ਛੱਡ ਕੇ ਕਿਉਂ ਚਲੇ ਜਾਂਦੇ ਨੇ ਬਾਬਾ ਜੀ? ਬੇਟਾ ਦੁਨੀਆ ਵਿੱਚ ਕੋਈ ਸਦਾ ਵਾਸਤੇ ਕਿਸੇ ਦੇ ਨਾਲ ਰਹਿ ਸਕਦਾ? ਇਹ ਤਾਂ ਹੈ ਹੀ ਬੇਟਾ ਆਉਣ ਜਾਣ ਦੀ ਦੁਨੀਆ, ਆਉਂਦੇ ਵੀ ਰਹਿਣਗੇ ਔਰ ਜਾਂਦੇ ਵੀ ਰਹਿਣਗੇ। ਹੈ ਕੋਈ ਘਰ ਬੇਟਾ ਜਿਹਦੇ ਵਿੱਚ ਕੋਈ ਗਿਆ ਨਹੀਂ ਗਾ? ਸੋ ਆਪਾਂ ਇਹਨਾਂ ਚੀਜ਼ਾਂ ਦਾ ਬੋਝ ਨਹੀਂ ਆਪਣੇ ਉੱਤੇ ਪਾਉਣਾ। ਜਦੋਂ ਆਪਾਂ ਨੂੰ ਪਤਾ ਹੈਗਾ ਕਿ ਇੱਥੇ ਸਦਾ ਵਾਸਤੇ ਕੋਈ ਚੀਜ਼ ਨਹੀਂ ਰਹਿ ਸਕਦੀ, ਜਾਂ ਤਾਂ ਮੈਨੂੰ ਕਹੋ ਨਾ ਕਿ ਆਪਾਂ ਨੂੰ ਪਤਾ ਨਹੀਂ ਹੈ ਕੋਈ ਚੀਜ਼ ਜਿਹੜੀ ਸਦਾ ਵਾਸਤੇ ਇੱਥੇ ਰਹਿ ਸਕਦੀ ਹੈ। ਵੱਡੇ ਵੱਡੇ ਮਹਾਂਪੁਰਖ ਆਏ, ਉਹ ਨਹੀਂ ਰਹੇ ਬੇਟਾ, ਉਹਨਾਂ ਨੇ ਵੀ ਇੱਕ ਦਿਨ ਛੱਡ ਕੇ ਜਾਣਾ ਹੀ ਪਿਆ। ਤਾਂ ਫਿਰ ਬੇਟਾ ਇਹ ਤਾਂ ਦੁਨੀਆ ਦੀ ਰੀਤ ਹੈ। ਬਾਬਾ ਜੀ ਫਿਰ ਵੀ ਆਈ ਰਹਿੰਦਾ, ਬਾਬਾ ਜੀ ਤੁਸੀਂ ਆਏ ਕਿਉਂ ਕੀਤਾ, ਮੇਰੇ ਨਾਲ ਕਿਉਂ ਕੀਤਾ, ਬੱਚਿਆਂ ਨਾਲ ਕਿਉਂ ਕੀਤਾ ਬਾਬਾ ਜੀ?
ਹੋਰ ਕਿਸੇ ਨਾਲ ਆਪਾਂ ਕੀ ਸਾਨੂੰ ਕਿਸੇ ਨਾਲ ਦੁਸ਼ਮਣੀ ਆ ਕਿ ਉਹਨਾਂ ਦੇ ਘਰ ਹੁੰਦਾ ਮੇਰੇ ਘਰ ਨਾ ਹੁੰਦਾ ਬੇਟਾ ਸਾਰਾ ਸਭ ਕੁਛ ਹੁਕਮੀ ਆਵਦਾ ਸਭ ਕੁਛ ਹੁਕਮੀ ਜਾਏ ਜੇ ਕੋ ਮੂਰਖ ਆਪੇ ਜਾਣੇ ਅੰਧਾ ਅੰਧ ਕਮਾਏ ਹੁਣ ਬੇਟਾ ਇਹ ਆਪਣਾ ਸਵਾਰਥ ਹੈ ਕਿ ਆਪਾਂ ਸਾਰਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਚਾਹੁੰਦੇ ਹਾਂ ਸਾਡਾ ਲਕਸ਼ ਕੀ ਹੈ ਕਿ ਇੱਕ ਦਿਨ ਅਸੀਂ ਆਪਣੇ ਮਾਲਕ ਕੋਲ ਚਲੇ ਜਾਈਏ ਤੇ ਜੇ ਮਾਲਕ ਦੀ ਬਖਸ਼ਿਸ਼ ਦੂਜੇ ਦੇ ਉੱਤੇ ਹੋ ਗਈ ਸਾਨੂੰ ਖੁਸ਼ ਹੋਣਾ ਚਾਹੀਦਾ ਕਿ ਕਮੀ ਕਰਨੀ ਚਾਹੀਦੀ ਹੈ ਬੇਟਾ ਅਸੀਂ ਤਾਂ ਆਪਣੀ ਕਮੀ ਦੇਖਦੇ ਹਾਂ ਉਹਦੇ ਵੱਲੋਂ ਵੀ ਤਾਂ ਦੇਖੀਏ ਨਾ ਜੇ ਉਹਦੇ ਵਾਸਤੇ ਬਿਹਤਰ ਹੈ ਤਾਂ ਸਾਨੂੰ ਉਹਦੀ ਬਿਹਤਰੀ ਦੇਖਣੀ ਚਾਹੀਦੀ ਹੈ ਕਿ ਆਪਾਂ ਆਪਣੀ ਕਮੀ ਦੇਖੀਏ ਬੇਟਾ ਜੇ ਕਿਸੇ ਨੂੰ ਮਾਲਕ ਕਰਮ ਕਾਂਡ 'ਚੋਂ ਕੱਢ ਕੇ ਲੈ ਗਿਆ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਗਮੀ ਹੋਣੀ ਚਾਹੀਦੀ ਹੈ ਫਿਰ ਬੇਟਾ ਆਪਾਂ ਆਪਣਾ ਸਵਾਰਥ ਨੂੰ ਨਾ ਦੇਖੀਏ ਬਾਬਾ ਜੀ ਹੁਣ ਬੱਚੇ ਦੇ ਤੁਸੀਂ ਬਾਪ ਹੋ ਤੁਹਾਨੂੰ ਸਹੀ ਰਸਤਾ ਦਿਖਾਉਣ ਤੇ ਪਰਿਵਾਰ ਤੇ ਦਇਆ ਮਿਹਰ ਦਾ ਹੱਥ ਬਣਾਈ ਰੱਖੇ ਬਾਬਾ ਜੀ ਮੇਰਾ ਪਹਿਲਾ ਸਵਾਲ ਹੈ ਮੈਂ ਮੇਰੀ ਤੇ ਹੋਮੇ ਕਿਵੇਂ ਖਤਮ ਕਰਾਂ ਤੇ ਗੁੱਸਾ ਵੀ ਕਿਵੇਂ ਖਤਮ ਕਰਾਂ ਬੇਟਾ ਗੁੱਸੇ ਕਿਉਂ ਹੁੰਦੇ ਆ ਆਪ ਜਲਦਬਾਜ਼ੀ ਵਿੱਚ ਹੁੰਦੇ ਆ ਜੇ ਆਪਾਂ ਸਮਝ ਕੇ ਚੱਲੀਏ ਤਾਂ ਗੁੱਸਾ ਨਹੀਂ ਆ ਸਕਦਾ ਹੁਣ ਕੋਈ ਵੀ ਗਲਤ ਕੰਮ ਜਾਣ ਕੇ ਨਹੀਂ ਕਰਦਾ ਉਹਦੀ ਸੋਚ ਅਲੱਗ ਹੋ ਸਕਦੀ ਹੈ ਜਾਂ ਉਹਦੀ ਸਮਝ ਉਸੇ ਤਰ੍ਹਾਂ ਸੀਗੀ ਇਸ ਕਰਕੇ ਉਹਨੇ ਕੰਮ ਉਹੋ ਜਿਹਾ ਕੀਤਾ ਹੁਣ ਗੁੱਸੇ ਦੇ ਨਾਲ ਕੀ ਉਹ ਹੱਲ ਹੋ ਜਾਊਗਾ ਜਿਹੜੀ ਚੀਜ਼ ਪਿਆਰ ਦੇ ਨਾਲ ਹੋ ਸਕਦੀ ਹੈ ਕਿਉਂ ਆਪਾਂ ਗਿਲੇ ਸ਼ਿਕਵਿਆਂ ਨਾਲ ਕਰਦੇ ਹਾਂ ਬੇਟਾ ਸੋ ਸੋਚ ਵਿਚਾਰ ਕੇ ਚੱਲੀਏ ਕੱਲ੍ਹ ਨੂੰ ਸਾਡੇ ਨਾਲ ਵੀ ਸਾਨੂੰ ਸਮਝਾਉਂਦੇ ਹੋਏ ਕੋਈ ਗੁੱਸੇ ਨਾਲ ਚੱਲੇ ਆਪਾਂ ਨੂੰ ਚੰਗਾ ਲੱਗੂਗਾ ਹੁਣ ਤੁਸੀਂ ਮੈਨੂੰ ਸਵਾਲ ਕੀਤਾ ਮੈਂ ਗੁੱਸੇ ਨਾਲ ਜਵਾਬ ਦੇਵਾਂ ਚੰਗਾ ਲੱਗੂਗਾ ਫਿਰ ਸਾਨੂੰ ਵੀ ਉਸੇ ਤਰ੍ਹਾਂ ਚੱਲਣਾ ਚਾਹੀਦਾ ਬੇਟਾ ਤੇ ਮੇਰਾ ਦੂਜਾ ਸਵਾਲ ਹੈ ਮੇਰੀ ਵਾਈਫ ਐਕਚੁਅਲੀ ਡਾਕਟਰ ਹੈ ਤੇ ਉਹ ਚਾਹੁੰਦੀ ਹੈ ਕਿ ਆਪਣੇ ਬੱਚਿਆਂ ਨੂੰ ਉਹ ਅੰਡੇ ਦੇਵੇ ਤਾਂ ਕਿ ਉਹ ਤੰਦਰੁਸਤ ਪੈਦਾ ਹੋਣ ਉਹ ਤੰਦਰੁਸਤ ਰਹਿਣ ਸਾਰੀ ਜ਼ਿੰਦਗੀ ਤੇ ਮੈਂ ਨਹੀਂ ਚਾਹੁੰਦਾ ਇਹ ਚੀਜ਼ ਨੂੰ ਸਾਡੇ ਖਾਂਦੇ ਵੀ ਨਹੀਂ ਗਏ ਕੀ ਦੇਣ ਕੀ ਦੇ ਉਹ ਐਗਸ ਦੇਣਾ ਚਾਹੁੰਦੀ ਹੈ ਬੱਚਿਆਂ ਨੂੰ ਤਾਂ ਕਿ ਉਹ ਤੰਦਰੁਸਤ ਰਹਿਣ ਮੈਂ ਤੈਨੂੰ ਕਮਜ਼ੋਰ ਲੱਗਦਾ ਬੇਟਾ ਨਹੀਂ ਉਹਨੂੰ ਐਂ ਨਹੀਂ ਨਹੀਂ ਮੈਂ ਜਦੋਂ ਸਕੂਲ ਵਿੱਚ ਮੈਨੂੰ ਮੇਰੇ ਫਾਦਰ ਦਾਖਲ ਕਰਾਉਣ ਗਏ ਨਾ ਅੰਗਰੇਜ਼ ਸੀਗਾ ਤਾਂ ਮੇਰੇ ਫਾਦਰ ਨੇ ਕਿਹਾ ਕਿ ਜੀ ਅਸੀਂ ਵੈਜੀਟੇਰੀਅਨ ਪਰਿਵਾਰ ਤੋਂ ਹਾਂ ਤਾਂ ਉਹਨੇ ਕਿਹਾ ਤੁਹਾਡਾ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਬੱਚਾ ਚੰਗੀ ਤਰ੍ਹਾਂ ਪਲੇ ਅਤੇ ਮੇਰੇ ਫਾਦਰ ਕਾਫੀ ਚੰਗੇ ਤਕੜੇ ਸੀਗੇ ਤਾਂ ਉਹਨਾਂ ਨੇ ਕਿਹਾ ਮੈਂ ਮਾੜਾ ਲੱਗਦਾ ਉਹਨਾਂ ਨੇ ਕਿਹਾ ਨਹੀਂ ਕਹਿੰਦੇ ਫਿਰ ਮੇਰਾ ਬੱਚਾ ਕਿਉਂ ਮਾੜਾ ਹੋਊਗਾ ਇਹ ਸਾਡੀ ਗਲਤ ਫਹਿਮੀ ਹੈ ਬੇਟਾ ਸਾਰੀ ਦੁਨੀਆ ਤਾਂ ਹੁਣ ਸੋ ਕਹਿ ਰਹੀ ਹੈ ਕਿ ਜੀ ਵੈਜੀਟੇਰੀਅਨਿਜ਼ਮ ਚੰਗੀ ਹੈ ਵੈਜੀਟੇਰੀਅਨਿਜ਼ਮ ਚੰਗੀ ਹੈ ਅਸੀਂ ਦੂਜੇ ਪਾਸੇ ਤੁਰਨਾ ਸ਼ੁਰੂ ਕਰਤਾ ਕੋਈ ਇਹੋ ਜਿਹੀ ਤਾਕਤ ਨਹੀਂ ਜਿਹੜੀ ਤੁਹਾਨੂੰ ਅੰਡੇ 'ਚੋਂ ਮਿਲੂਗੀ ਜਿਹੜੀਆਂ ਦੂਜੀਆਂ ਚੀਜ਼ਾਂ 'ਚੋਂ ਨਹੀਂ ਮਿਲ ਸਕਦੀ ਫਿਰ ਕਾਹਨੂੰ ਆਪਾਂ ਕਿਸੇ ਚੀਜ਼ ਦੀ ਹੱਤਿਆ ਕਰਦੇ ਬਾਬਾ ਜੀ ਜਦ ਮੈਂ ਸਿਮਰਨ 'ਤੇ ਬੈਠਦੀ ਹਾਂ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਤੁਸੀਂ ਅਤੇ ਵੱਡੇ ਬਾਬਾ ਜੀ ਮੇਰੇ ਸਾਹਮਣੇ ਕੁਰਸੀ 'ਤੇ ਬੈਠੇ ਹੋ ਪਰ ਕੁਛ ਟਾਈਮ ਬਾਅਦ ਮੈਨੂੰ ਇਹ ਲੱਗਦਾ ਵੀ ਇਹ ਸਿਰਫ ਮੇਰੀ ਇਮੈਜੀਨੇਸ਼ਨ ਆ ਅਤੇ ਮੇਰਾ ਧਿਆਨ ਨਹੀਂ ਲੱਗਦਾ ਸਿਮਰਨ 'ਚ ਬੇਟਾ ਇਮੈਜੀਨੇਸ਼ਨ ਨਹੀਂ ਹੁੰਦੀ ਜੇ ਪਹਿਲਾਂ ਦਾ ਸਾਡਾ ਕੋਈ ਪ੍ਰਭਾਵ ਜਾਂ ਸਾਥ ਹੋਵੇ ਨਾ ਤਾਂ ਸਾਨੂੰ ਇਹ 'ਚ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਇਹ ਤਾਂ ਚੰਗੀ ਗੱਲ ਹੈ ਬੇਟਾ ਮਗਰ ਉਹਨੂੰ ਦੇਖ ਕੇ ਉਹ ਪੋਜ਼ਿਟਿਵਿਟੀ ਲੈ ਕੇ ਤਾਂ ਫਿਰ ਸਾਨੂੰ ਭਜਨ ਸਿਮਰਨ ਵਿੱਚ ਹੋਰ ਧਿਆਨ ਦੇਣਾ ਚਾਹੀਦਾ ਬੇਟਾ ਮਾਲਕ ਦੇਖੋ ਲੋਕ ਤਾਂ ਤਰਸਦੇ ਹੈ ਕਿ ਸਾਨੂੰ ਧਿਆਨ ਹੋਵੇ ਜੇ ਮਾਲਕ ਸਾਨੂੰ ਦਰਸ਼ਨ ਦੇ ਰਹੇ ਹੈ ਤਾਂ ਸਾਨੂੰ ਉਹਨੂੰ ਹਜ਼ਮ ਕਰਕੇ ਤਾਂ ਹੋਰ ਭਜਨ ਸਿਮਰਨ ਕਰਨਾ ਚਾਹੀਦਾ ਪਾਪਾ ਜੀ ਮੈਂ ਸਿਮਰਨ ਨੂੰ ਜ਼ਿਆਦਾ ਟਾਈਮ ਨਹੀਂ ਦੇ ਪਾ ਰਹੀ ਹੈ ਨਹੀਂ ਬੇਟਾ ਉਹ ਤਾਂ ਹੁਣ ਜਿੰਨਾ ਚਿਰ ਆਪਾਂ ਪੂਰਾ ਵਕਤ ਨਹੀਂ ਦੇਵਾਂਗੇ ਹੁਣ ਜੇ ਆਪਾਂ ਕਹੀਏ ਕਿ 5 ਮਿੰਟਾਂ 'ਚ ਮੈਂ ਰੋਟੀ ਬਣਾ ਲੂੰਗੀ ਤਾਂ 5 ਮਿੰਟਾਂ 'ਚ ਕਿਹੜੀ ਰੋਟੀ ਬਣ ਜੂਗੀ ਆਪਣੇ ਤੋਂ ਵਕਤ ਤਾਂ ਪੂਰਾ ਦੇਣਾ ਪਊਗਾ ਨਾ ਹੁਣ ਬੱਚਾ ਕਹੇ ਜੀ ਮੈਂ 5 ਮਿੰਟਾਂ 'ਚ ਮੈਂ ਸਾਰਾ ਸਬਕ ਸਿੱਖ ਲੂੰਗਾ ਕੀ ਸਿੱਖੂਗਾ 5 ਮਿੰਟਾਂ 'ਚ ਬੇਟਾ ਸੋ ਇਸ ਕਰਕੇ ਜਿੰਨਾ ਚਿਰ ਆਪਾਂ ਪੂਰਾ ਵਕਤ ਨਹੀਂ ਦੇਵਾਂਗੇ ਤਾਂ ਕਿਵੇਂ ਆਪਣੀ ਗੱਲ ਬਣੂਗੀ ਨਹੀਂ ਬਾਬਾ ਜੀ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਤੁਸੀਂ ਮੈਨੂੰ ਪ੍ਰੋਮਿਸ ਕਰੋ ਜੇ ਮੈਂ ਭਜਨ 'ਤੇ ਬੈਠ ਜਾਵਾਂ ਤਾਂ ਤੁਸੀਂ ਮੈਨੂੰ ਉੱਠਣ ਨਾ ਦਿਓ ਪਲੀਜ਼ ਬਸ ਜੇ ਆਪਾਂ ਪੂਰਾ ਵਕਤ ਦੇਵਾਂਗੇ ਬਾਕੀ ਉਹਦੀ ਜ਼ਿੰਮੇਵਾਰੀ ਹੈ ਤੁਸੀਂ ਪ੍ਰੋਮਿਸ ਕਰੋ ਬਾਬਾ ਜੀ ਪਲੀਜ਼ ਬਾਬਾ ਜੀ ਮੇਰਾ ਬੇਟਾ ਹੈ 14 ਸਾਲ ਦਾ ਅਤੇ ਉਸਦੇ ਪਾਪਾ ਚਾਹੁੰਦੇ ਆ ਕਿ ਉਹਨੂੰ ਵਧੀਆ ਆਫਿਸਰ ਬਣਾਉਣ ਪਰ ਉਹ ਥੋੜ੍ਹਾ ਆਲਸੀ ਹੈ ਬਾਬਾ ਜੀ ਨਹੀਂ ਉਹ ਬਚਪਨ ਵਿੱਚ ਸਾਰੇ ਹੁਣ ਜੇ ਆਪਾਂ ਮਾਂ ਬਾਪ ਦੇ ਸਿਰ ਦੇ ਉੱਤੇ ਮੌਜ ਮੇਲਾ ਨਹੀਂ ਕਰਾਂਗੇ ਤਾਂ ਫਿਰ ਕਦੋਂ ਕਰਾਂਗੇ ਹਾਂ ਉਹ ਕਹਿ ਤਾਂ ਦਿੰਦਾ ਮੰਮਾ ਮੈਂ ਕਰ ਲੂੰਗਾ ਪਰ ਕਰਦਾ ਨਹੀਂ ਹੈ ਨਹੀਂ ਨਹੀਂ ਕੋਈ ਨਹੀਂ ਬੇਟਾ ਜਿਵੇਂ ਜਿਵੇਂ ਵੱਡਾ ਹੋਊਗਾ ਜ਼ਿੰਮੇਵਾਰੀ ਪਊਗੀ ਆਪਣੇ ਆਪ ਮਿਹਨਤ ਕਰੂਗਾ ਪਰ ਇੰਨਾ ਵੀ ਬੋਝ ਨਾ ਪਾਇਆ ਕਰੋ ਬੱਚਿਆਂ ਦੇ ਉੱਤੇ ਠੀਕ ਹੈ ਬਾਬਾ ਥੋੜ੍ਹਾ ਜਿਹਾ ਮਾਂ ਬਾਪ ਦੇ ਸਿਰ 'ਤੇ ਮੌਜ ਮੇਲੇ ਕਰਨਗੇ ਬੱਚੇ
ਠੀਕ ਹੈ ਬਾਬਾ ਜੀ। ਬਾਬਾ ਜੀ ਤੁਸੀਂ ਕਹਿੰਦੇ ਜੋ ਕਿਸਮਤ ਹੈ ਉਹ ਜ਼ਰੂਰ ਮਿਲੂਗਾ, ਬਾਕੀ ਫਿਰ ਜੇ ਕੁਛ ਪਿਓ ਕੋਲ ਮੰਗਣਾ ਪਿਓ ਤਾਂ ਪੂਰੀ ਕਰ ਹੀ ਦਿੰਦਾ ਬੱਚਿਆਂ ਦੀ ਖੁਆਇਸ਼। ਨਹੀਂ ਬੇਟਾ ਤੁਸੀਂ ਜੋ ਮਰਜ਼ੀ ਮੰਗੀ ਜਾਓ, ਮੈਂ ਇਹ ਤਾਂ ਨਹੀਂ ਕਹਿੰਦਾ ਕਿ ਨਾ ਮੰਗੋ। ਹਾਂਜੀ ਮੰਗੋ, ਪੰਜਾਬੀ 'ਚ ਕਹਿੰਦੇ ਆ ਜੇ ਮੰਗਣਾ ਤਾਂ ਮੂੰਹ ਖੋਲ੍ਹ ਕੇ ਮੰਗੀ ਆ, ਝੱਟ ਕਿਉਂ ਮੰਗੀ ਆ। ਮਗਰ ਮਕਸਦ ਇਹ ਹੈ ਕਿ ਆਪਾਂ ਥੋੜ੍ਹਾ ਜਿਹਾ ਮਚਿਓਰਿਟੀ ਨੂੰ ਅੱਗੇ ਰੱਖ ਕੇ ਮੰਗਣਾ ਕੀ ਹੈ ਇਹ ਤਾਂ ਪਿਓ ਨੂੰ ਸਮਝਾਉਣਾ ਚਾਹੀਦਾ। ਹੁਣ ਬੱਚਾ ਗਲਤ ਚੀਜ਼ਾਂ ਮੰਗੀ ਜਾਊਗਾ ਤਾਂ ਪਿਓ ਸਮਝਾਊਗਾ ਕਿ ਨਹੀਂ ਸਮਝਾਊਗਾ ਕਿ ਬੇਟਾ ਇਹਨੂੰ ਲੈ ਕੇ ਕੀ ਕਰੇਂਗਾ ਤੂੰ। ਹੁਣ ਪਿਓ ਬੈਠਾ ਹੈਗਾ ਸਾਰਾ ਕੁਛ ਦੇਣ ਨੂੰ ਤਿਆਰ, ਔਰ ਤੁਸੀਂ ਕਹੋ ਜੀ ਮੈਨੂੰ ਬਸ ਇਹੋ ਜਿਹੀ ਚੀਜ਼ ਦੇ ਦਿਓ ਜਿਹੜੀ ਦੋ ਤਿੰਨ ਮਿੰਟ ਰਹੂਗੀ ਬਾਕੀ ਫਿਰ ਖਤਮ ਹੋ ਜਾਊਗੀ। ਉਹੀ ਸਮਝਾਊਗਾ ਕਿ ਬੇਟਾ ਜੇ ਲੈਣੀ ਹੈ ਤਾਂ ਉਹੋ ਜਿਹੀ ਚੀਜ਼ ਲੈ ਜਿਹੜਾ ਤੇਰੇ ਨਾਲ ਨਿਭੂਗੀ। ਹੁਣ ਕਿਹੜੀ ਚੀਜ਼ ਨਿਭੂਗੀ ਆਪਣੇ ਨਾਲ? ਆਪਾਂ ਦੁਨਿਆਵੀ ਚੀਜ਼ਾਂ ਮੰਗਦੇ ਹਾਂ, ਥੋੜ੍ਹੀ ਦੇਰ ਉਹਨਾਂ ਦਾ ਚਾਅ ਰਹਿੰਦਾ ਹੈਗਾ, ਖਤਮ ਹੋ ਜਾਂਦੀਆਂ। ਅਤੇ ਜੇ ਆਪਾਂ ਮਾਲਕ ਤੋਂ ਮਾਲਕ ਨੂੰ ਮੰਗੀਏ ਤਾਂ ਉਹਦੀ ਕਾਇਨਾਤ ਆਪਣੇ ਆਪ ਸਾਡੇ ਕਦਮਾਂ 'ਚ ਆ ਜਾਊਗੀ। ਤਾਂ ਕਿਹੜੀ ਚੀਜ਼ ਵਿੱਚ ਬਿਹਤਰੀ ਹੈ ਬੇਟਾ? ਬਾਬਾ ਜੀ ਆਪਣੀ ਦਇਆ ਮੇਰ ਬਣਾਈ ਰੱਖਣਾ। ਨਹੀਂ ਇਹ ਯਾਦ ਰੱਖੋ ਕਿ ਕਈ ਵਾਰੀ ਨਾ ਮਾਲਕ ਸਾਡੀਆਂ ਮੰਗਾਂ ਪੂਰੀਆਂ ਵੀ ਕਰ ਦੂਗਾ। ਅੱਛਾ, ਮਗਰ ਫਿਰ ਹਿਸਾਬ ਕਿਤਾਬ ਤਾਂ ਸਾਨੂੰ ਦੇਣਾ ਪਊਗਾ। ਠੀਕ ਹੈ, ਸੋ ਇਸ ਕਰਕੇ ਸਹੀ ਚੀਜ਼ ਮੰਗੀਏ। ਬਾਕੀ ਪਿਓ ਤਾਂ ਜਾਣੀ ਜਾਣੀ ਹੈ। ਫਿਰ ਪੁੱਠੀਆਂ ਚੀਜ਼ਾਂ ਮੰਗੇਗਾ ਜੀ? ਨਹੀਂ ਜੇ ਤੁਸੀਂ ਠੀਕ ਸਮਝੋਗੇ ਜ਼ਰੂਰ ਬਖਸ਼। ਬੇਟਾ ਮਾਲਕ ਤੋਂ ਸਿਰਫ ਮਾਲਕ ਮੰਗਣਾ, ਰੂਹਾਨੀਅਤ ਮੰਗਣੀ ਹੈ, ਬਾਕੀ ਚੀਜ਼ਾਂ ਬੇਟਾ ਆਉਂਦੀਆਂ ਜਾਂਦੀਆਂ ਰਹਿਣਗੀਆਂ। ਠੀਕ ਹੈ ਬਾਬਾ ਜੀ। ਬਾਕੀ ਦੂਸਰੀ ਇੱਕ ਅਰਜ਼ ਹੈ ਕਿ ਆਪਣੀ ਦਇਆ ਮੇਰ ਪਰਿਵਾਰ ਦੇ ਉੱਤੇ, ਬਾਕੀ ਆਪਣੇ ਪੁੱਤਰ ਨੂੰ ਇਸ ਕਾਬਲ ਬਣਾਈਓ ਕਿ ਕਿਸੇ ਅੱਗੇ ਪਰਮਾਰਥ ਤਾਂ ਤੁਸੀਂ ਬਣਾਉਣਾ ਹੀ ਹੈ, ਸਵਾਰਥ ਲਈ ਵੀ ਕਿਸੇ ਅੱਗੇ ਹੱਥ ਨਾ ਅੜਨਾ ਪਵੇ। ਬਸ ਬਿਲਕੁਲ ਠੀਕ ਹੈ। ਹਾਂਜੀ ਕਿ ਮਾਲਕ ਬਸ ਉਹਨਾਂ ਕਬੀਰ ਸਾਹਿਬ ਦੀ ਬਾਣੀ 'ਚ ਆਉਂਦਾ ਹੈ ਕਿ ਮਾਲਕ ਦੇ ਅੱਗੇ ਬੇਨਤੀ ਕਬੀਰ ਸਾਹਿਬ ਕਰਦੇ ਆ ਕਿ ਇਹਨਾਂ ਦੇ ਕਿ ਮੇਰੇ ਘਰੋਂ ਕੋਈ ਭੁੱਖਾ ਨਾ ਜਾਵੇ, ਮਗਰ ਇੰਨਾ ਵੀ ਨਾ ਦੇਈ ਕਿ ਮੈਨੂੰ ਅਹੰਕਾਰ ਹੋ ਜਾਵੇ। ਬਸ ਤੁਸੀਂ ਇਹਨੇ ਦਇਆ ਮੇਰੇ ਪਰਿਵਾਰ 'ਤੇ ਅਤੇ ਮੇਰੇ 'ਤੇ। ਠੀਕ ਰਸਮ ਬਾਬਾ ਜੀ, ਭਜਨ ਸਿਮਰਨ 'ਚ ਤਰੱਕੀ ਬਖਸ਼ੋ, ਦਇਆ ਮੇਰ ਕਰਿਓ। ਬੇਟਾ ਮਾਲਕ ਦੀ ਬਹੁਤ ਦਇਆ ਹੈ, ਆਪਾਂ ਹਜ਼ਮ ਕਰਨੀ ਹੈ ਬੇਟਾ, ਕਦਰ ਕਰਨੀ ਹੈ। ਜੇ ਆਪਾਂ ਕਦਰ ਕਰਾਂਗੇ ਉਹਨੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡਣੀ। ਸਾਡਾ ਮਨ ਡੋਲ ਜਾਂਦਾ ਬੇਟਾ, ਆਪਾਂ ਗਲਤ ਚੀਜ਼ਾਂ ਮੰਗ ਲੈਂਦੇ ਹਾਂ, ਠੀਕ ਹੈ ਨਾ। ਆਪਾਂ ਜੇ ਰੋਜ਼ ਬੈਠਾਂਗੇ ਭਜਨ ਸਿਮਰਨ 'ਚ, ਸਾਨੂੰ ਬੈਠਣ ਦੀ ਆਦਤ ਪੈ ਜਾਊਗੀ, ਉਹੀ ਕੰਮ ਆਸਾਨ ਹੋ ਜਾਊਗਾ। ਪਰ ਬੈਠੀਏ ਤਾਂ ਸਹੀ ਨਾ। ਬਾਬਾ ਜੀ ਸਾਡੇ ਸਹੁਰੇ ਪਰਿਵਾਰ 'ਚ ਨਾ ਬਾਹਰ ਮੁਖੀ ਭਗਤੀਆਂ ਬਹੁਤ ਚੱਲਦੀਆਂ, ਅਤੇ ਕੀ ਚੱਲਦੀਆਂ? ਬਾਹਰ ਮੁਖੀ ਦੇਵੀ ਦੇਵਤਿਆਂ ਨੂੰ ਮੰਨਦੇ ਆ, ਅਤੇ ਤੁਸੀਂ ਨਾਮਦਾਨ ਦੀ ਦਾਤ ਮੈਨੂੰ ਵੀ ਬਖਸ਼ੀ ਅਤੇ ਮੇਰੇ ਹਸਬੈਂਡ ਨੂੰ ਵੀ, ਅਤੇ ਜੇ ਅਸੀਂ ਨਹੀਂ ਮੰਨਦੇ ਫਿਰ ਉਹ ਨਾਰਾਜ਼ ਹੁੰਦੇ ਆ ਸਹੁਰਾ ਪਰਿਵਾਰ। ਬੇਟਾ ਦੇਖੋ ਜਿਸ ਨੂੰ ਵੀ ਜਿਸ ਚੀਜ਼ ਦੇ ਨਾਲ ਉਹਦਾ ਵਿਸ਼ਵਾਸ ਜੁੜਿਆ ਹੋਇਆ ਨਾ, ਉਹਨੇ ਉੱਧਰ ਹੀ ਜਾਣਾ। ਹੁਣ ਜੇ ਸਾਨੂੰ ਕਿਸੇ ਚੀਜ਼ ਦਾ ਅਹਿਸਾਸ ਹੋ ਗਿਆ ਤਾਂ ਮਤਲਬ ਇਹ ਨਹੀਂ ਕਿ ਸਾਰਿਆਂ ਨੂੰ ਹੀ ਹੋ ਜਾਊਗਾ ਬੇਟਾ। ਸੋ ਇਸ ਕਰਕੇ ਆਪਾਂ ਇਹ ਨਹੀਂ ਕਹਿਣਾ ਕਿ ਕੋਈ ਵੀ ਗਲਤ ਹੈ, ਆਪਣੀ ਜਗ੍ਹਾ 'ਤੇ ਉਹ ਵੀ ਠੀਕ ਹੈ, ਮਗਰ ਆਪਾਂ ਦੇਖਣਾ ਕਿ ਸਾਡੇ ਵਾਸਤੇ ਕੀ ਠੀਕ ਹੈ। ਤੁਸੀਂ ਉਸ ਰਸਤੇ ਦੇ ਉੱਤੇ ਚੱਲੋ, ਠੀਕ ਹੈ? ਠੀਕ ਹੈ ਨਾ। ਔਰ ਆਪਾਂ ਸੱਚ ਦੇ ਨਾਲ ਜੁੜਨਾ ਹੈ ਔਰ ਸੱਚ ਨੂੰ ਅੱਗੇ ਲੈ ਕੇ ਵਧਣਾ ਹੈਗਾ। ਬਾਬਾ ਜੀ ਫਿਰ ਉਹਨਾਂ ਦਾ ਕਹਿਣਾ ਮੰਨਿਆ ਕਰੀਏ ਫਿਰ, ਜਿੱਥੇ ਉਹ ਕਹਿੰਦੇ ਮੱਥਾ ਟੇਕਣਾ ਪੈਂਦਾ ਟੇਕ ਲਓ, ਉਹਦੇ 'ਚ ਕੀ ਫਰਕ ਪੈਂਦਾ ਬੇਟਾ? ਹਾਂਜੀ ਭਜਨ ਸਿਮਰਨ 'ਚ ਕੋਈ ਰੁਕਾਵਟ ਤਾਂ ਨਹੀਂ? ਨਹੀਂ, ਜਦੋਂ ਉੱਥੇ ਗਏ ਜਦੋਂ ਮੱਥਾ ਟੇਕਿਆ ਤੁਸੀਂ ਸਿਮਰਨ ਕਰੀ ਚੱਲੋ ਅੰਦਰ ਮਨ 'ਚ। ਠੀਕ ਹੈ ਬਾਬਾ, ਥੈਂਕ ਯੂ। ਗੁਰੂ ਮਹਾਰਾਜ ਜੀ ਡੇਢ ਘੰਟੇ ਤੋਂ ਬਾਅਦ ਬੈਠਣਾ ਬਹੁਤ ਔਖਾ ਹੋ ਜਾਂਦਾ, ਬਰਦਾਸ਼ਤ ਕਰਨਾ ਔਖਾ ਹੋ ਜਾਂਦਾ, ਅਤੇ ਸਭ ਤੋਂ ਬੰਦ ਹੋ ਗਈ ਹੈ ਕਾਫੀ ਦੇਰ ਤੋਂ, ਕਿਰਪਾ ਕਰਨ। ਬੇਟਾ ਸ਼ਬਦ ਧੁਨ ਬੰਦ ਨਹੀਂ ਹੋ ਸਕਦੀ। ਹਾਂਜੀ, ਕਿਉਂਕਿ ਸ਼ਬਦ ਤੋਂ ਬਗੈਰ ਤਾਂ ਇਨਸਾਨ ਜ਼ਿੰਦਾ ਨਹੀਂ ਰਹਿ ਸਕਦਾ, ਠੀਕ ਹੈ ਨਾ। ਹਾਂਜੀ, ਸ਼ਬਦ ਹੀ ਤਾਂ ਕਰਤਾ ਹੈ। ਹਾਂਜੀ, ਸੋ
ਸਾਡਾ ਧਿਆਨ ਭਟਕ ਜਾਂਦਾ, ਸ਼ਬਦ ਨਹੀਂ ਕਦੇ ਬੰਦ ਹੁੰਦਾ, ਸ਼ਬਦ ਤਾਂ ਉਸੇ ਲਹਿਜ਼ੇ ਦੇ ਨਾਲ 24 ਘੰਟੇ ਸਾਡੇ ਅੰਦਰ ਵੱਜ ਰਿਹਾ। ਜਦੋਂ ਧਿਆਨ ਦੀ ਇਕਾਗਰਤਾ ਹੁੰਦੀ ਹੈ ਆਪਾਂ ਨੂੰ ਸੁਣਾਈ ਦਿੰਦਾ, ਸਾਡਾ ਧਿਆਨ ਭਟਕ ਜਾਵੇ ਸਾਨੂੰ ਐਂ ਲੱਗਦਾ ਕਿ ਜੀ ਸ਼ਬਦ ਵਾਪਸ ਚਲੇ ਗਿਆ। ਸੋ ਇਸ ਕਰਕੇ ਉਹ ਨਹੀਂ ਜਾਂਦਾ, ਸਾਡਾ ਧਿਆਨ ਭਟਕਦਾ। ਆਪਾਂ ਜਿੰਨਾ ਬੈਠ ਸਕਦੇ ਹਾਂ ਬੈਠੋ, ਔਰ ਫਿਰ ਆਹਿਸਤਾ ਆਹਿਸਤਾ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰੋ, ਔਰ ਜਿੰਨਾ ਚਿਰ ਸਾਡੇ ਤੋਂ ਪੂਰਾ ਇੱਕ ਟਾਈਮ 'ਚ ਵਕਤ ਨਹੀਂ ਦਿੱਤਾ ਜਾਂਦਾ, ਤੁਸੀਂ ਦੋ ਹਿੱਸਿਆਂ 'ਚ ਵੰਡ ਲਓ, ਪਰ ਕੋਸ਼ਿਸ਼ ਕਰੋ ਕਿ ਆਪਾਂ ਵਕਤ ਪੂਰਾ ਦੇਈਏ। ਠੀਕ, ਸੱਚ ਢੰਗ ਕਿਰਪਾ ਕਰ। ਰਾਧਾ ਸੁਆਮੀ ਬਾਬਾ ਜੀ, ਸ਼ੁਕਰ ਹੈ ਸੱਚੇ ਪਾਤਸ਼ਾਹ ਇਹ ਸੁਨਹਿਰੀ ਮੌਕਾ ਦੇਣ ਦਾ। ਸੱਚੇ ਪਾਤਸ਼ਾਹ, ਕੀ ਸਤਸੰਗੀ ਪਰਿਵਾਰ ਦੇ ਵਿੱਚ ਜਨਮ ਮਿਲਾਂ ਇਹ ਪਿਛਲੇ ਕਰਮਾਂ ਦੀ ਕੋਈ ਹਿਸਾਬ ਹੈ ਜੀ? ਬੇਟਾ ਹੈ ਤਾਂ ਸਾਰਾ ਕੁਛ ਹੀ ਕਰਮਾਂ ਦੇ ਉੱਤੇ ਨਿਰਭਰ। ਬੇਟਾ ਕਿਹੜੇ ਦੇਸ਼ ਵਿੱਚ ਜਨਮ ਲਿੱਤਾ ਹੈ, ਮਾਂ ਬਾਪ ਕੌਣ ਹੈ, ਸਾਰਾ ਕੁਛ ਹੀ ਸਾਡੇ ਕਰਮਾਂ ਦੇ ਉੱਤੇ ਨਿਰਭਰ ਹੈ। ਮਗਰ ਇਹ ਕਹਿੰਦੇ ਹੋਏ ਭਾਵੇਂ ਆਪਾਂ ਜਿੱਥੇ ਮਰਜ਼ੀ ਜਨਮ ਲੈ ਲਈਏ, ਹੁਣ ਤਾਂ ਅੱਗੇ ਤਾਂ ਕਦਰ ਕਰਨ ਦੀ ਗੱਲ ਹੈ ਨਾ, ਤਾਂ ਜੇ ਆਪਾਂ ਕਦਰ ਹੀ ਨਹੀਂ ਕੀਤੀ ਫਿਰ ਤਾਂ ਕੋਈ ਮਕਸਦ ਨਹੀਂ ਹੋਇਆ ਉਸ ਚੀਜ਼ ਦਾ। ਸੋ ਮਾਲਕ ਤਾਂ ਭਾਵੇਂ ਜਿੱਥੇ ਮਰਜ਼ੀ ਜਨਮ ਦੇ, ਅੱਗੇ ਤਾਂ ਸਾਡੀ ਕਦਰ ਹੈ। ਜੇ ਆਪਾਂ ਕਦਰ ਕਰਾਂਗੇ ਹੋਰ ਮਿਲੂਗਾ, ਕਦਰ ਨਹੀਂ ਕਰਾਂਗੇ ਜੋ ਦਿੱਤਾ ਉਹਨੂੰ ਵੀ ਗੁਆ ਕੇ ਬਹਿ ਜਾਂਗੇ। ਬੇਟਾ ਸੱਚੇ ਪਾਤਸ਼ਾਹ, ਕੋਸ਼ਿਸ਼ ਇਹੀ ਹੁੰਦੀ ਹੈ ਸਵੇਰੇ ਰੋਜ਼ ਘਰੋਂ ਨਿਕਲਣ ਤੋਂ ਪਹਿਲਾਂ ਸਿਮਰਨ 'ਤੇ ਬੈਠ ਕੇ ਨਿਕਲੀਏ, ਘਰੋਂ ਨਿਕਲਣ ਲੱਗਿਆਂ ਪ੍ਰਸ਼ਾਦ ਖਾ ਕੇ ਤੁਹਾਡੇ ਅੱਗੇ ਮੱਥਾ ਟੇਕ ਕੇ ਨਿਕਲੀਦਾ ਸੱਚੇ ਪਾਤਸ਼ਾਹ। ਸਕੂਟਰ ਚਲਾਉਂਦੇ ਹੋਈਏ ਤੁਹਾਡੇ ਸਰੂਪ ਦਾ ਧਿਆਨ ਕਰੀਦਾ, ਸਿਮਰਨ ਚੱਲਦਾ ਰਹਿੰਦਾ ਹੈ। ਕਿਤੇ ਵੀ ਦਿਨ ਵਿੱਚ ਰਹੀਏ ਸਰੂਪ ਤੁਹਾਡਾ ਹੁੰਦਾ, ਸਰੂਪ ਕਦੇ ਭੁੱਲਦਾ ਨਹੀਂ ਸੱਚੇ ਪਾਤਸ਼ਾਹ, ਤੁਹਾਡਾ ਹਮੇਸ਼ਾ ਯਾਦ ਰਹਿੰਦਾ, ਐਨ ਕਲੀਅਰ ਯਾਦ ਰਹਿੰਦਾ। ਰਾਤ ਨੂੰ ਘਰ ਵਾਪਸ ਆਉਂਦੇ ਹਾਂ, ਰੋਟੀ ਖਾ ਕੇ ਸੌਣ ਤੋਂ ਪਹਿਲਾਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਭਜਨ ਸਿਮਰਨ ਕਰਕੇ ਹੀ ਸੋਈਏ। ਪਰ ਸੱਚੇ ਪਾਤਸ਼ਾਹ, ਤੁਹਾਨੂੰ ਇੰਨਾ ਪਿਆਰ ਕਰਨ ਦੇ ਬਾਵਜੂਦ ਵੀ, ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤੁਹਾਡੇ ਅੰਦਰੋਂ ਦਰਸ਼ਾ ਦਾ ਦੀਦਾਰ ਕਿਉਂ ਨਹੀਂ ਹੁੰਦਾ ਸੱਚੇ ਪਾਤਸ਼ਾਹ? ਬੇਟਾ ਦੇਖੋ, ਆਪਾਂ ਮੰਗਣਾ ਨਹੀਂ ਗਾ, ਆਪਾਂ ਨਾ ਇਹ ਸਰੀਰ 'ਚ ਆ ਕੇ ਮਨ ਦਾ ਸਾਥ ਲੈ ਕੇ ਨਾ ਆਪਾਂ ਮੰਗਣ ਦੇ ਆਦੀ ਹੋ ਗਏ। ਜੇ ਆਪਾਂ ਆਪਣੀ ਕਰਨੀ ਵਿੱਚ ਇਹ ਸਾਰਾ ਕੁਛ ਜ਼ਾਹਿਰ ਕਰਾਂਗੇ ਨਾ, ਉਹਨੇ ਜ਼ਰੂਰ ਪੂਰਾ ਕਰਨਾ। ਤਾਂ ਜੇ ਲਫਜ਼ਾਂ ਦੇ ਦਾਇਰੇ ਵਿੱਚ ਲਵਾਂਗੇ ਤਾਂ ਲਫਜ਼ਾਂ ਦੇ ਨਾਲ ਲਫਜ਼ ਹੀ ਮਿਲਣਗੇ। ਬੇਟਾ ਜੇ ਸੱਚੇ ਦੇ ਦਿਲ ਨਾਲ ਆਪਾਂ ਭਜਨ ਸਿਮਰਨ ਕਰਾਂਗੇ ਨਾ, ਉਹ ਜ਼ਰੂਰ ਦਿਓ। ਮਗਰ ਅਸੀਂ ਆਪਣੀ ਕਰਨੀ ਦੇ ਉੱਤੇ ਧਿਆਨ ਨਹੀਂ ਦਿੰਦੇ, ਅਸੀਂ ਨਤੀਜਾ ਦੇਖ ਕੇ ਬਹਿ ਜਾਂਦੇ। ਹੁਣ ਬੇਟਾ ਕਰਮ ਤਾਂ ਸਾਡੇ ਇੰਨੇ ਹੈ ਕਿ ਇੱਕ ਜਨਮ ਤਾਂ ਕੀ ਕਈ ਵਾਰੀ ਆ ਕੇ ਜਨਮ ਲੈ ਲਈਏ ਨਾ, ਫਿਰ ਨਹੀਂ ਪੂਰੇ ਹੋਣ ਲੱਗੇ। ਆਪਾਂ ਤਾਂ ਹੁਕਮ ਵਿੱਚ ਰਹਿਣਾ ਬੇਟਾ, ਹੁਕਮ ਮੰਨੀਏ ਪਾਈਏ। ਸੋ ਜੇ ਆਪਾਂ ਆਪਣਾ ਭਜਨ ਸਿਮਰਨ ਕਰਕੇ ਹੁਕਮ ਪੂਰਾ ਕਰਾਂਗੇ ਫਿਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਤਾਂ ਜੇ ਆਪਾਂ ਨਤੀਜਾ ਦੇਖਾਂਗੇ, ਨਤੀਜਾ ਆਪਣੀ ਕਰਨੀ ਦਾ ਮਿਲੂਗਾ, ਸਾਡੀ ਕਰਨੀ ਹੋ ਨਹੀਂ ਸਕਦੀ ਇੰਨੀ। ਸੋ ਆਪਾਂ ਕਦੇ ਨਹੀਂ ਨਤੀਜਾ ਦੇਖਣਾ। ਸੱਚੇ ਪਾਤਸ਼ਾਹ, ਆਪਣੇ ਚਰਨਾਂ ਵਿੱਚ ਰੱਖਣਾ, ਸਾਡੇ ਪਰਿਵਾਰ 'ਤੇ ਦਇਆ ਮਿਹਰ ਬਣਾਈ ਰੱਖਿਆ, ਬੱਚਿਆਂ 'ਤੇ ਦਇਆ ਮਿਹਰ ਬਣਾਈ ਰੱਖਣਾ। ਹਾਂਜੀ ਬਾਬਾ ਜੀ, ਮੈਂ ਜਦੋਂ ਸਿਮਰਨ 'ਤੇ ਬੈਠਦੀ ਹਾਂ ਅਤੇ ਮੈਨੂੰ ਤੁਹਾਡਾ ਨੂਰੀ ਸਰੂਪ ਬਿਲਕੁਲ ਵੀ ਅੱਖਾਂ ਦੇ ਅੱਗੇ ਨਹੀਂ ਆਉਂਦਾ। ਜੇ ਮੈਂ ਲਿਆਉਣ ਦੀ ਕੋਸ਼ਿਸ਼ ਵੀ ਕਰਦੀ ਹਾਂ ਤਾਂ ਟਿਕਾਈ ਨਹੀਂ ਹੁੰਦੀ, ਬਿਲਕੁਲ ਵੀ ਟਿਕਦਾ ਨਹੀਂ ਹੈ। ਬੀਬਾ ਜੀ, ਆਪਣੇ ਵੱਸ ਦੀ ਗੱਲ ਨਹੀਂ ਗੀ, ਆਪਾਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ ਨਾ, ਐਂ ਨਹੀਂ ਆਉਣ ਲੱਗਾ। ਆਪਣੇ ਵੱਸ ਵਿੱਚ ਸਿਰਫ਼ ਸਿਮਰਨ ਹੈ, ਸਿਮਰਨ ਕਰਾਂਗੇ, ਇਕਾਗਰਤਾ ਆਊਗੀ, ਉਹਦਾ ਨਤੀਜਾ ਹੈਗਾ ਕਿ ਸਰੂਪ ਆਊ ਸਾਹਮਣੇ, ਫਿਰ ਸਰੂਪ ਦੇ ਨਾਲ ਟਿਕਾਓ ਮਿਲਦਾ ਹੈ, ਫਿਰ ਆਪਣਾ ਅਸਲ ਰੂਹਾਨੀ ਸਫ਼ਰ ਸ਼ੁਰੂ ਹੁੰਦਾ ਹੈ। ਸੋ ਇਸ ਕਰਕੇ ਪਹਿਲਾਂ ਤਾਂ ਤੁਸੀਂ ਖਿਆਲ ਦੀ ਇਕਾਗਰਤਾ ਲਿਆਓ। ਇਕਾਗਰਤਾ ਲਿਆਵਾਂਗੇ, ਚੱਲਦੇ ਪਾਣੀ 'ਚ ਆਪਾਂ ਆਪਣੀ ਸ਼ਕਲ ਨਹੀਂ ਦੇਖ ਸਕਦੇ, ਪਾਣੀ ਸਥਿਰ ਹੋਊਗਾ ਤਾਂ ਸ਼ਕਲ ਦਿਖਾਈ ਦੇਊਗੀ। ਤਾਂ ਇਸ ਕਰਕੇ ਜਿੰਨਾ ਚਿਰ ਮਨ ਵਿੱਚ ਉਤਾਵਲਾਪਨ ਹੈ, ਇਸ ਕਰਕੇ ਨਹੀਂ ਦਿਖਾਈ ਦੇ। ਠੀਕ ਹੈ ਬਾਬਾ ਜੀ, ਮੇਰਾ ਦੂਸਰਾ ਸਵਾਲ ਹੈ ਕਿ ਬਾਬਾ ਜੀ, ਜਿਸ ਤਰ੍ਹਾਂ ਘਰ ਵਿੱਚ ਬਿਮਾਰੀਆਂ ਵਗੈਰਾ ਆਉਂਦੀਆਂ ਤਾਂ ਉਹ ਪੁਰਾਣੇ ਕਰਮਾਂ ਦੇ ਕਰਕੇ, ਪਿਛਲੇ ਕਰਮਾਂ ਕਰਕੇ ਆਉਂਦੀਆਂ ਤੇ ਭਜਨ ਸਿਮਰਨ ਨਾਲ ਉਹ ਕੱਟ ਹੋ ਜਾਣਗੀਆਂ ਕਿ ਹੁਣ ਦੇ ਕਰਮਾਂ ਕਰਕੇ ਆ ਰਹੀਆਂ? ਕਿਹਦੇ ਘਰ 'ਚ ਬਿਮਾਰੀ ਨਹੀਂ ਆਉਂਦੀ ਦੱਸੋ ਮੈਨੂੰ, ਹੈ ਕੋਈ ਘਰ ਜਿਹਨੇ ਕਦੇ ਬਿਮਾਰੀ ਨਹੀਂ ਦੇਖੀ? ਨਾਨਕ ਦੁਖੀ ਆ ਸਭ ਸੰਸਾਰ। ਬਾਬਾ ਜੀ ਨਹੀਂ, ਇਹ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਅਸੀਂ ਥੋੜ੍ਹੀ ਘਬਰਾਉਣਾ ਹੈਗਾ ਜੀ ਮੇਰੇ ਘਰੇ ਕਿਉਂ ਆ ਗਈ, ਉਹਦੇ ਘਰੇ ਕਿਉਂ ਆ ਗਈ, ਐਂ ਨਹੀਂ ਸੋਚਣਾ। ਮਾਲਕ ਜੋ ਵੀ ਕਰਦਾ ਚੰਗਾ ਕਰਦਾ, ਆਪਾਂ ਜੋ ਵੀ ਜਿਸ ਦੌਰ 'ਚ ਗੁਜ਼ਰ ਰਹੇ ਹਾਂ ਆਪਣੇ ਕਰਮਾਂ ਕਰਕੇ ਗੁਜ਼ਰ ਰਹੇ ਹਾਂ। ਹੁਣ ਉਹਦੇ ਭਾਣੇ 'ਚ ਰਵਾਂਗੇ, ਹੱਸਦੇ ਹੱਸਦੇ ਗੁਜ਼ਰ ਜਾਵਾਂਗੇ, ਸਿਰ ਫੜ ਕੇ ਬਹਿ ਜਾਵਾਂਗੇ, ਬੋਝ ਕੀਤੇ ਤਾਂ ਪਊਗਾ, ਸਾਡੇ 'ਤੇ ਪਊਗਾ। ਠੀਕ ਹੈ ਬਾਬਾ ਜੀ, ਬਹੁਤ ਬਹੁਤ ਸ਼ੁਕਰੀਆ ਬਾਬਾ ਜੀ, ਆਪਣੀ ਮਿਹਰ ਬਣਾਈ ਰੱਖਣਾ, ਬੱਚਿਆਂ ਵਿਸ਼ਵਾਸ ਹਮੇਸ਼ਾ ਕਾਇਮ ਰੱਖਣਾ ਬਾਬਾ।
ਸ਼ੁਕਰ ਹੈ ਮਾਲਕਾ ਮੈਨੂੰ ਇੱਥੇ ਤੱਕ ਆਉਣ ਦਾ ਤੁਸੀਂ ਮੌਕਾ ਬਖਸ਼ਿਆ। ਬਾਬਾ ਜੀ ਜਦੋਂ ਕੋਈ ਸਾਡਾ ਕੋਈ ਵੀ ਇਨਸਾਨ ਜ਼ਿੰਦਗੀ 'ਚ ਬਹੁਤ ਸਟਰਗਲ ਕਰਦਾ ਉਹ ਆਪਣੇ ਚੰਗੇ ਟਾਈਮ ਲਈ, ਅਤੇ ਜਦੋਂ ਚੰਗਾ ਟਾਈਮ ਆਉਂਦਾ ਤਾਂ ਉਹ ਸਾਨੂੰ ਛੱਡ ਕੇ ਚੱਲ ਜਾਂਦਾ ਦੁਨੀਆ 'ਚੋਂ, ਇੱਦਾਂ ਕਦੋਂ ਹੁੰਦਾ ਬਾਬਾ ਜੀ? ਬੇਟਾ ਦੇਖੋ, ਆਉਣਾ ਜਾਣਾ ਤਾਂ ਪਹਿਲਾਂ ਤਾਂ ਲਿਖਿਆ ਹੋਇਆ, ਇਹ ਕਿਸੇ ਇਨਸਾਨ ਦੇ ਵੱਸ ਵਿੱਚ ਨਹੀਂ ਗਾ ਕਿ ਕਦੋਂ ਆਉਣਾ ਤਾਂ ਕਦੋਂ ਜਾਣਾ, ਬਾਕੀ ਕਰਮਾਂ ਦਾ ਹਿਸਾਬ ਕਿਤਾਬ ਹੈ। ਸੋ ਇਸ ਕਰਕੇ ਬੇਟਾ ਆਪਾਂ ਤਾਂ ਆਪਣੇ ਮਨ ਦੀ ਅਵਸਥਾ ਇਹੋ ਜਿਹੀ ਬਣਾਉਣੀ ਹੈ ਕਿ ਆਪਾਂ ਮਾਲਕ ਦੇ ਹੁਕਮ ਵਿੱਚ ਰਹੀਏ ਔਰ ਜੋ ਉਹਨੇ ਦਿੱਤਾ ਉਹਦੀ ਕਦਰ ਕਰੀਏ, ਠੀਕ ਹੈ ਨਾ? ਜੇ ਆਪਾਂ ਕਦਰ ਕਰਾਂਗੇ ਤਾਂ ਖੁਸ਼ੀ ਦੇ ਨਾਲ ਹੋਰ ਦਿਓ, ਮਗਰ ਜੇ ਕਦਰ ਹੀ ਨਹੀਂ ਕਰਾਂਗੇ, ਹੁਣ ਦੇਖੋ ਘਰ 'ਚ ਬੱਚੇ ਆ, ਜਿਹੜਾ ਕਦਰ ਕਰਦਾ ਮਾਂ ਬਾਪ ਬੜੀ ਖੁਸ਼ੀ ਦੇ ਨਾਲ ਦਿੰਦੇ ਆ, ਜਿਹੜੇ ਕਦਰ ਹੀ ਨਹੀਂ ਕਰਦਾ ਉਹਨਾਂ ਨੂੰ ਇਹ ਹੁੰਦਾ ਕਿ ਇਹ ਬਰਬਾਦ ਨਾ ਕਰਕੇ ਬਹਿ ਜੇ, ਹੱਥ ਖਿੱਚ ਕੇ ਰੱਖਦੇ। ਸੋ ਜਿੰਨੀ ਕਦਰ ਕਰਾਂਗੇ ਉਹਨਾਂ ਹੋਰ ਮਾਲਕ ਦੇਊਗਾ ਬੇਟਾ। ਬਾਬਾ ਜੀ ਮੇਰਾ ਦੂਜਾ ਸਵਾਲ ਇਹ ਹੈ ਕਿ ਜਦੋਂ ਅਸੀਂ ਇੱਕ ਨੌਕਰੀ ਕਰਦੇ ਹੋਏ ਪਾਰਟ ਟਾਈਮ ਜੋਬ ਦੂਸਰੀ ਕਰਦੇ ਹਾਂ, ਤਾਂ ਪਹਿਲੀ ਨੌਕਰੀ ਨਾਲ ਉਹ ਧੋਖਾ ਜਾਂ ਕੁਛ ਇੱਦਾਂ ਦਾ ਤਾਂ ਨਹੀਂ ਹੁੰਦਾ? ਨਹੀਂ, ਪਰ ਜ਼ਿੰਮੇਵਾਰੀ ਨਾਲ ਜੇ ਕਰੋਗੇ ਫਿਰ ਤਾਂ ਕੋਈ ਧੋਖਾ ਨਹੀਂ ਬੇਟਾ, ਜ਼ਿੰਮੇਵਾਰੀ ਨਾਲ ਕਰੋ। ਜਦੋਂ ਨੌਕਰੀ ਕਰਦੇ ਹੋ ਜਿੱਥੇ ਵੀ ਹੋ ਉਹਨੂੰ ਚੰਗੀ ਤਰ੍ਹਾਂ ਨਿਭਾਓ। ਬਾਬਾ ਜੀ ਮੈਂ ਬਹੁਤ ਖੁਸ਼ਕਿਸਮਤ ਹਾਂ, ਮੇਰੀ ਮੈਰਿਜ ਇੱਕ ਸਤਸੰਗੀ ਫੈਮਿਲੀ ਦੇ ਵਿੱਚ ਹੋਈ, ਮੇਰੀ ਮੈਰਿਜ ਨੂੰ 8 ਸਾਲ ਹੋ ਗਏ। ਜੋ ਆਪਾਂ ਜਿਵੇਂ ਆਪਾਂ ਬਿਫੋਰ ਮੈਰਿਜ ਵਿਆਹ ਤੋਂ ਪਹਿਲਾਂ ਨੌਨ ਸਤਸੰਗੀ ਫੈਮਿਲੀ 'ਚ ਸੀ, ਆਪਾਂ ਜੋ ਜਾਣੇ ਅਣਜਾਣੇ 'ਚ ਗਲਤੀਆਂ ਕੀਤੀਆਂ, ਮੀਨ ਸਾਨੂੰ ਨਹੀਂ ਪਤਾ ਸੀ ਕੀ ਖਾਣਾ ਕੀ ਨਹੀਂ ਖਾਣਾ, ਕਿ ਉਹ ਜਾਣੇ ਅਣਜਾਣੇ 'ਚ ਕੀਤੀਆਂ ਗਲਤੀਆਂ ਦੇ ਵੀ ਕਰਮ ਦਾ ਹਿਸਾਬ ਸਾਨੂੰ ਹੁਣ ਦੇਣਾ ਪਏਗਾ, ਸਾਨੂੰ ਪਤਾ ਹੀ ਨਹੀਂ ਸੀ। ਬੇਟਾ ਪਹਿਲੀ ਗੱਲ ਤਾਂ ਇਹ ਹੈਗਾ ਕਿ ਆਪਾਂ ਨੂੰ ਪਤਾ ਹੋਵੇ ਨਾ ਹੋਵੇ, ਕਰਮ ਤਾਂ ਹਰੇਕ। ਹੁਣ ਜੇ ਮੈਂ ਕਹਾਂਗਾ ਜੀ ਮੈਂ ਗਲਤੀ ਦੇ ਨਾਲ ਜ਼ਹਿਰ ਖਾ ਲਿਆ, ਇਹਦਾ ਅਸਰ ਹੋਊਗਾ ਕਿ ਨਹੀਂ ਹੋਊਗਾ? ਅਸਰ ਤਾਂ ਬੇਟਾ ਹੋਊਗਾ, ਠੀਕ ਹੈ ਨਾ? ਹੁਣ ਇਹ ਦੂਜੀ ਗੱਲ ਹੈ ਕਿ ਜੀ ਜੋ ਚੀਜ਼ ਅਣਜਾਣੇ 'ਚ ਹੋਈ ਉਹਦਾ ਭਾਰ ਇੰਨੀ ਗਹਿਰਾਈ ਦੇ ਨਾਲ ਨਹੀਂ ਪਊਗਾ ਜਿੰਨਾ ਕਿ ਜੋ ਆਪਾਂ ਸੋਚ ਸਮਝ ਕੇ ਗਲਤੀ ਕਰਦੇ। ਅੱਗੇ ਦੇਖੀਏ, ਪਿੱਛੇ ਮੁੜ ਕੇ ਨਾ ਦੇਖੀਏ ਬੇਟਾ। ਮਾਲਕ ਨੇ ਜ਼ਿੰਦਗੀ ਦਿੱਤੀ ਹੈ ਸਿੱਖਣ ਵਾਸਤੇ, ਇਨਸਾਨ ਭੁੱਲਣਹਾਰ ਹੈ, ਮਗਰ ਜੇ ਆਪਾਂ ਜ਼ਿੰਦਗੀ ਤੋਂ ਸਿੱਖਾਂਗੇ, ਗਲਤੀ ਨਹੀਂ ਦੁਹਰਾਵਾਂਗੇ, ਉਹਦੀ ਬਖਸ਼ਿਸ਼ ਹੀ ਬਖਸ਼ਿਸ਼ ਹੈ ਬੇਟਾ। ਬਾਬਾ ਜੀ ਏਜ ਹਲੇ ਛੋਟੀ ਹੈ ਅਤੇ ਦਿਨ ਰਾਤ ਸੌਂਦੇ ਜਾਗਦੇ ਇੱਕ ਸੋਚ ਹੈ, ਇੱਛਾ ਹੈ ਤੁਸੀਂ ਜਾਣੀ ਜਾਣ ਨੂੰ ਕੀ ਕਰਨ ਦੀ, ਉਸ ਲਈ ਮੈਨੂੰ ਆਰਥਿਕ ਅਤੇ ਸਰੀਰਕ ਸ਼ਮਤਾ ਬਖਸ਼ੋ। ਆਪਾਂ ਨਹੀਂ ਘਬਰਾਉਣਾ ਬੇਟਾ, ਜੇ ਆਪਾਂ ਸੱਚੇ ਦਿਲ ਦੇ ਨਾਲ ਆਪਾਂ ਬਾਬਾ ਜੀ ਕੁਛ ਕਰਨਾ ਉਹ ਜੋ ਉਸ ਲਈ ਸ਼ਮਤਾ ਬਖਸ਼ੋ, ਆਰਥਿਕ ਵੀ ਸਰੀਰਕ ਵੀ। ਹਿੰਮਤ ਰੱਖੋ, ਸੱਚੇ ਦਿਲ ਦੇ ਨਾਲ ਜੇ ਆਪਾਂ ਮਾਲਕ ਦੀ ਭਗਤੀ ਵਿੱਚ ਲੱਗਾਂਗੇ ਫਿਰ ਉਹਦੀ ਜ਼ਿੰਮੇਵਾਰੀ ਬਣਦੀ ਹੈ, ਫਿਰ ਉਹ ਨਿਭਾਉਂਗਾ। ਬਾਬਾ ਜੀ ਜਿਵੇਂ ਆਪਾਂ ਕਹਿੰਦੇ ਹਾਂ ਭਜਨ ਸਿਮਰਨ ਕਰੀਏ ਪਹਿਲਾਂ ਨਾਮਧਾਨ ਦੀ ਬਖਸ਼ਿਸ਼ ਹੋਏਗੀ ਕਰਾਂਗੇ, ਜੇ ਆਪਾਂ ਨੂੰ ਕੋਈ ਇਨਸਾਨ ਦਿਖ ਰਿਹਾ, ਕੋਈ ਬਜ਼ੁਰਗ ਹੈ ਉਹ ਠੇਲਾ ਲਗਾ ਕੇ ਬੈਠਾ, ਗਰੀਬ ਹੈ, ਕੋਈ ਕੁਛ ਵੀ ਹੈ, ਆਪਾਂ ਉਹਨਾਂ ਦੇ ਵੀ ਜੇ ਕੁਛ ਕਰਦੇ ਹਾਂ, ਨਹੀਂ ਭਜਨ ਸਿਮਰਨ ਵੱਲ ਧਿਆਨ ਦੇ ਪਾ ਰਹੇ, ਕੁਛ ਇਸ ਬਾਰੇ ਜਾਣਨਾ ਪਾਓ। ਬੇਟਾ ਇਸ ਤਰ੍ਹਾਂ ਹੈਗਾ ਕਿ ਆਪਾਂ ਦੂਜੇ ਨੂੰ ਓਨਾ ਹੀ ਦੇ ਸਕਦੇ ਹਾਂ ਜੋ ਆਪਣੇ ਕੋਲ ਹੈ। ਜੀ ਮੇਰੇ ਕੋਲ 100 ਰੁਪਇਆ ਹੈ, ਮੈਂ ਤੁਹਾਨੂੰ 90 ਦੇ ਸਕਦਾ, ਮੇਰੀ ਜੇਬ ਖਾਲੀ ਹੈ ਤਾਂ ਮੈਂ ਤੁਹਾਨੂੰ ਕੁਛ ਦੇ ਸਕਦਾ ਬੇਟਾ। ਸੋ ਇਸ ਕਰਕੇ ਜਿੰਨਾ ਚਿਰ ਬੇਟਾ ਆਪਾਂ ਥੋੜ੍ਹੀ ਜਿਹੀ ਕਮਾਈ ਕਰਕੇ ਸਾਡੇ ਅੰਦਰ ਮਨ ਦੀ ਸ਼ਾਂਤੀ ਨਹੀਂ ਹੋਊਗੀ, ਸਾਡੇ ਅੰਦਰ ਥੋੜ੍ਹੀ ਜਿਹੀ ਸਹਿਣਸ਼ੀਲਤਾ ਨਹੀਂ ਹੋਊਗੀ, ਦੂਜਿਆਂ ਦੇ ਨਾਲ ਆਪਾਂ ਕੀ ਵੰਡਾਂਗੇ ਬੇਟਾ, ਠੀਕ ਹੈ ਨਾ? ਇਸ ਆਪਾਂ ਜ਼ਰੂਰ, ਮੈਂ ਨਹੀਂ ਕਹਿੰਦਾ ਕਿ ਕਿਸੇ ਦੀ ਮਦਦ ਨਾ ਕਰੋ, ਜ਼ਰੂਰ ਕਰੋ, ਮਗਰ ਆਪਣਾ ਲਕਸ਼ ਕੀ ਹੈ? ਬਾਣੀ ਚ ਆਉਂਦਾ ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਹਰ ਹਰ ਰਸਨਾ ਜੋ ਜਪੇ ਤਿਸ ਪੂਰਨ ਕਾਮ। ਕਿ ਇਹ ਚੀਜ਼ਾਂ ਠੀਕ ਹੈ, ਇਹਨਾਂ ਨਾਲ ਸ਼ੁਰੂਆਤ ਹੋਊਗੀ, ਮਗਰ ਜੇ ਆਪਾਂ ਪੁੰਨ ਦਾਨ ਇਹਨਾਂ ਚੀਜ਼ਾਂ 'ਚ ਫਸੇ ਰਵਾਂਗੇ ਬੇਟਾ, ਚੰਗੇ ਕਰਮ ਹੈ ਚੰਗੀ ਅਵਸਥਾ ਵਿੱਚ ਆ ਜਾਵਾਂਗੇ, ਮਾੜੇ ਕਰਮ ਹੈ ਉਹਦਾ ਭੁਗਤਾਨ ਦੇਣਾ ਪਊਗਾ, ਮੁਕਤੀ ਨਹੀਂ ਮਿਲਣੀ, ਚੱਕਰ ਚੱਲਦਾ ਰਹੂਗਾ। ਤਾਂ ਜੇ ਆਪਾਂ ਆਵਾਗਮਨ ਦੇ ਚੱਕਰ 'ਚੋਂ ਛੁਟਕਾਰਾ ਚਾਹੀਦਾ, ਮੁਕਤੀ ਚਾਹੀਦੀ ਹੈ,
ਤਾਂ ਫਿਰ ਬੇਟਾ ਸਾਨੂੰ ਨਾਮ ਦੀ ਕਮਾਈ ਕਰਨੀ ਪਊਗੀ। ਮਗਰ ਨਾਮ ਦੀ ਕਮਾਈ ਵੀ ਤਾਂ ਹੋਊਗੀ ਜੇ ਆਪਾਂ ਦੂਜਿਆਂ ਨਾਲ ਵੰਡਾਂਗੇ, ਮਦਦ ਕਰਾਂਗੇ। ਸੇਵਾ ਦਾ ਮਤਲਬ ਇਹ ਨਹੀਂ ਕਿ ਕਿਸੇ ਧਰਮ ਸਥਾਨ 'ਤੇ ਕੋਈ ਕੰਮ ਕਰਨਾ। ਜੋ ਕੰਮ ਨਿਸ਼ਕਾਮ ਹੋ ਕੇ ਕਰੋਗੇ, ਜਿੱਥੇ ਗਿਣਤੀ ਨਹੀਂ ਹੋਊਗੀ, ਉਹ ਸੇਵਾ ਬਣ ਜੂਗੀ। ਭਾਵੇਂ ਘਰ ਦਾ ਕੰਮ ਕਾਜ ਹੈ, ਦੁਕਾਨਦਾਰੀ ਹੈ, ਨੌਕਰੀ ਹੈ, ਜੋ ਵੀ ਹੈ, ਨਿਸ਼ਕਾਮ ਹੋ ਕੇ, ਗਿਣਤੀ ਨਹੀਂ ਹੋਣੀ ਚਾਹੀਦੀ। ਬਾਬਾ ਜੀ, ਮੇਰੀ ਮਦਨੀ ਲੋਕ ਬਜ਼ੁਰਗਾਂ 'ਚ ਆਉਂਦੇ ਸੀ, ਮੇਰੀ ਮੈਰਿਜ ਨੂੰ ਵੀ 8 ਸਾਲ ਹੋ ਗਏ, ਅਤੇ ਮੈਂ ਸੋਚਦੀ ਸੀ ਕਾਸ਼ ਮੈਂ ਐਜ਼ ਏ ਅਸਿਸਟੈਂਟ ਉਹਨਾਂ ਨੂੰ ਜਾਵਾਂ, ਪਰ ਮੇਰੇ ਬੱਚੇ ਛੋਟੇ ਛੋਟੇ ਨੇ, ਅਤੇ ਮੈਂ ਕਹਿੰਦੀ ਸੀ ਕੀ ਪਤਾ ਮੈਨੂੰ ਕੁਛ ਨੇੜੇ ਤੋਂ ਕਦੇ ਦਰਸ਼ਨ ਹੋ ਜਾਣ। ਹਮੇਸ਼ਾ ਬਹੁਤ ਪਿੱਛੋਂ ਦਰਸ਼ਨ ਕਰਦੇ ਸੀ ਸਕਰੀਨ ਤੋਂ, ਅਤੇ ਅੱਜ ਰੀਅਲ 'ਚ ਤੁਹਾਨੂੰ ਇੰਨੀ ਨੇੜਿਓਂ ਦਰਸ਼ਨ ਕੀਤੇ ਹੈ, ਦੱਸ ਨਹੀਂ ਸਕਦੇ। ਤੁਸੀਂ ਬਹੁਤ ਸੋਹਣੇ ਹੋ, ਸੱਚੀ ਬਾਬਾ ਜੀ ਬਹੁਤ ਸੋਹਣੇ ਹੋ ਤੁਸੀਂ। ਜੋਹਰੀ ਕੀ ਗੱਲ, ਦੇਖੋ ਹਰੇਕ ਮਾਂ ਪਿਓ ਨੂੰ ਜਾਂ ਹਰੇਕ ਬੱਚੇ ਨੂੰ ਆਪਣਾ ਮਾਂ ਪਿਓ ਹੀ ਚੰਗਾ ਲੱਗਦਾ, ਭਾਵੇਂ ਉਹਦੇ 'ਚ ਜਿੰਨੇ ਮਰਜ਼ੀ ਔਗਣ ਹੋਣ। ਸੋ ਉਹ ਤਾਂ ਰਿਸ਼ਤੇ ਦੀ ਗੱਲ ਹੈ ਬੇਟਾ, ਮਾਂ ਨੂੰ ਆਪਣਾ ਬੱਚਾ ਸੋਹਣਾ ਲੱਗਦਾ। ਸੋ ਇਸ ਕਰਕੇ ਤਾਂ ਅਪਨਾਹਤ ਦੀ ਗੱਲ ਹੈ ਬੇਟਾ, ਬੱਚਿਆਂ ਤੇ ਪਰਿਵਾਰ ਤੇ। ਸ਼ੁਕਰ ਹੈ ਬਾਬਾ ਜੀ, ਆਪਨੇ ਜੇ ਅਵਸਰ ਪ੍ਰਦਾਨ ਕੀਆ ਹੈ। ਮੇਰਾ ਆਪਸੇ ਇਹ ਕੁਸ਼ਚਨ ਹੈ ਕਿ ਨਾਮਦਾਨ ਸੇ ਧਿਆਨ ਇਕਾਗਰ ਕਰਨਾ ਔਰ ਬਿਨਾਂ ਨਾਮ ਸੇ ਧਿਆਨ ਇਕਾਗਰ ਕਰਨੇ ਮੇਂ ਕਿਆ ਅੰਤਰ ਹੈ? ਬੇਟਾ ਬਿਨਾਂ ਨਾਮ ਕੇ ਦੇਖੋ, ਜ਼ਿੰਦਗੀ ਮੇਂ ਹਮ ਕੋਸ਼ਿਸ਼ ਤੋ ਕਰਤੇ ਹੀ ਹੈ, ਕਿਉਂਕਿ ਇਕਾਗਰਤਾ ਕੇ ਬਗੈਰ ਤੋ ਕੋਈ ਕਾਮ ਨਹੀਂ ਹੋ ਸਕਤਾ। ਗਾੜੀ ਵੀ ਚਲਾਤੇ ਹੋ ਤੋ ਧਿਆਨ ਸੜਕ ਪੇ ਹੋਣਾ ਚਾਹੀਏ ਨਾ, ਇਕਾਗਰਤਾ ਅਗਰ ਨਹੀਂ ਹੋਗੀ ਤੋ ਗਾੜੀ ਲੱਗ ਜਾਏਗੀ। ਮਗਰ ਜਿਸ ਹੱਦ ਤੱਕ ਹਮੇ ਜਾਣਾ ਚਾਹੀਏ ਵੋ ਹੱਦ ਤੱਕ ਪਹੁੰਚ ਨਹੀਂ ਪਾਤੇ ਇਕਾਗਰਤਾ ਮੇਂ। ਤੋ ਅੰਦਰ ਸੇ ਜਬ ਭਜਨ ਸਿਮਰਨ ਕੇ ਸਾਥ, ਸਿਮਰਨ ਕੇ ਸਾਥ ਜਬ ਇਕਾਗਰਤਾ ਆਏਗੀ, ਤਬ ਵੋ ਗਹਿਰਾਈ ਹਮ ਹਾਸਿਲ ਕਰ ਪਾਏਂਗੇ ਬੇਟਾ। ਤੋ ਕਿਆ ਇਸ ਬਿਨਾਂ ਨਾਮਦਾਨ ਸੇ ਇਕਾਗਰਤਾ ਮਤਲਬ ਕਰਨੇ ਸੇ ਤੋ ਕੁਲ ਮਾਲਿਕ ਕੀ ਪ੍ਰਾਪਤੀ ਹੋ ਸਕਦੀ ਹੈ? ਦੇਖੋ ਮੈਂ ਇਹ ਕਹੂੰਗਾ ਕਿ ਇਹ ਕਹਿਣਾ ਗਲਤ ਹੈ ਕਿ ਸਿਰਫ ਇਹੀ ਇੱਕ ਰਸਤਾ ਹੈ। ਰਸਤਾ ਚਾਹੇ ਜੋ ਮਰਜ਼ੀ ਹੋ, ਮਗਰ ਮਾਲਿਕ ਕੀ ਭਗਤੀ ਜ਼ਰੂਰੀ ਹੈ। ਦੇਖੋ ਵੈਸੇ ਵੀ ਪਰਿਵਾਰ ਮੇਂ ਅਗਰ ਆਪ ਮਾਂ ਬਾਪ ਕੀ ਕਦਰ ਕਰੋਗੇ, ਤਭੀ ਤੋ ਉਨਕੀ ਖੁਸ਼ੀ ਹਾਸਿਲ ਕਰੋਗੇ, ਹੈਂ। ਔਰ ਵੈਸੇ ਹੀ ਜਬ ਤੱਕ ਹਮ ਜੋ ਹਮਾਰਾ ਪਰਮ ਪਿਤਾ ਹੈ ਉਸਕੀ ਕਦਰ ਨਹੀਂ ਕਰੇਂਗੇ ਤੋ ਖੁਸ਼ੀ ਕਹਾਂ ਸੇ ਹਾਸਿਲ ਹੋਗੀ ਬੇਟਾ। ਅਬ ਕੈਸੇ ਵੋ ਖੁਸ਼ੀ ਹਾਸਿਲ ਕਰਨੀ ਹੈ, ਭਗਤੀ ਕੈਸੇ ਕਰਨੀ ਹੈ, ਇਹ ਆਪਕੇ ਉੱਪਰ ਮੁਨਸਰ ਹੈ। ਸੋ ਰਸਤਾ ਜੋ ਮਰਜ਼ੀ ਆਪਣਾ ਹੈ, ਮਗਰ ਮਾਲਿਕ ਸੇ ਕੇ ਸਾਥ ਰਿਸ਼ਤਾ ਜ਼ਰੂਰ ਜੋ। ਸ਼ੁਕਰ ਹੈ ਬਾਬਾ ਜੀ, ਪਰਿਵਾਰ ਤੇ ਦਇਆ ਮਿਹਰ ਬਣਾਏ ਰੱਖਣਾ ਔਰ ਸਾਰੀ ਸੰਗਤ ਤੇ। ਬਾਬਾ ਜੀ, ਨਾਮਦਾਨ ਵਾਸਤੇ ਆਪਾਂ ਆਪਣੇ ਅੰਦਰ ਕਿਹੜੀ ਕੁਆਲਿਟੀ ਦੇਖ ਸਕਦੇ ਹਾਂ ਕਿ ਆਪਾਂ ਹੁਣ ਨਾਮਦਾਨ ਲੈਣ ਲਈ ਤਿਆਰ ਹਾਂ? ਪੂਰੀ ਤਰ੍ਹਾਂ ਚੰਗੇ ਇਨਸਾਨ ਬਣੋ ਬੇਟਾ। ਤੇ ਮੇਰਾ ਇਨਸਾਨੀਅਤ ਸਭ ਤੋਂ ਵੱਡੀ ਚੀਜ਼, ਇਨਸਾਨੀਅਤ ਹੈ ਬੇਟਾ। ਤੇ ਮੇਰਾ ਦੂਜਾ ਕੁਸ਼ਚਨ ਇਹ ਹੈ ਬਾਬਾ ਜੀ, ਅਗਰ ਮਤਲਬ ਜਨਮ ਮਰਨ ਦਾ ਚੱਕਰ ਬਣਾਉਣਾ ਹੀ ਸੀ ਮਾਲਕ ਨੇ, ਤੇ ਆਹ ਦੁਨੀਆਂ ਦੀ ਰਚਨਾ ਹੀ ਕਿਉਂ ਕੀਤੀ ਗਈ ਹੈ ਫਿਰ? ਬੇਟਾ ਜਿਵੇਂ ਜਿਵੇਂ ਆਪਾਂ ਵੱਡੇ ਹੁੰਦੇ ਹਾਂ, ਮਾਂ ਪਿਓ ਸਾਨੂੰ ਤਾਲੀਮ ਵਾਸਤੇ ਕਾਲਜ ਭੇਜਦੇ ਆ ਕਿ ਨਹੀਂ ਭੇਜਦੇ? ਮਕਸਦ ਤਾਂ ਚੰਗਾ ਸੀਗਾ ਜੀ। ਹੁਣ ਬੱਚਾ ਉੱਥੇ ਜਾ ਕੇ ਉੱਥੇ ਗਲਤ ਕੰਪਨੀ ਵਿੱਚ ਪੈ ਜਾਂਦਾ, ਗਲਤ ਕੰਮਾਂ 'ਚ ਪੈ ਜਾਂਦਾ। ਉਹਨਾਂ ਨੇ ਤਾਂ ਬੜਾ ਸੋਚ ਸਮਝ ਕੇ ਭੇਜਿਆ ਸੀ, ਚੰਗੇ ਕੰਮ ਵਾਸਤੇ ਭੇਜਿਆ ਸੀ, ਉਹ ਪੁੱਠੇ ਕੰਮਾਂ 'ਚ ਫਸ ਗਿਆ। ਹੁਣ ਗਲਤੀ ਕਿਹਦੀ ਹੈ ਜੀ? ਤਾਂ ਫਿਰ ਬੇਟਾ ਮਾਲਕ ਨੇ ਤਾਂ ਸਾਨੂੰ ਕਿਸੇ ਕੰਮ ਵਾਸਤੇ ਭੇਜਿਆ ਸੀ, ਅਸੀਂ ਮਨ ਦਾ ਸਾਥ ਲੈ ਕੇ ਜੇ ਮੌਜ ਮੇਲੇ 'ਚ ਲੱਗ ਗਏ ਤਾਂ ਮਾਲਕ ਨੂੰ ਸਵਾਲ ਜਵਾਬ ਕਿਉਂ ਕਰਦੇ ਹਾਂ ਆਪਾਂ ਬੇਟਾ? ਥੈਂਕ ਯੂ ਬਾਬਾ। ਬਾਬਾ ਜੀ, ਆਪਦਾ ਹਰ ਇੱਕ ਮਤਲਬ ਕਿ ਜੈਸੇ ਹਰ ਦੌਰ ਵਿੱਚ ਆਪ ਮੇਰੇ ਸਾਥ ਰਹੇ, ਬੁਰਾ ਥਾ ਬਹੁਤ ਬੁਰਾ ਥਾ, ਆਪਨੇ ਕਭੀ ਸਾਥ ਨਹੀਂ ਛੋੜਾ, ਮੈਨੇ ਵੀ ਦੂਰ ਜਾਣੇ ਕੋਸ਼ਿਸ਼ ਕੀ ਪਰ ਆਪਨੇ ਬਾਂਹ ਨਹੀਂ ਛੋੜੀ, ਤੋ ਆਪਕਾ ਬਹੁਤ ਬਹੁਤ ਧੰਨਵਾਦ ਬਾਬਾ ਜੀ। ਐਸੀ ਅਗਰ ਮੈਂ ਦੁਬਾਰਾ ਬਾਂਹ ਛੁਡਵਾਉਣੇ ਕੀ ਸੋਚੂ ਤੋ ਛੋੜਨਾ ਮਤ ਬਾਬਾ ਜੀ। ਬੇਟਾ ਨਹੀਂ, ਮਾਂ ਬਾਪ ਤੋ ਕਭੀ ਵੀ ਨਹੀਂ ਬੱਚੋਂ ਕੋ ਛੋੜਤੇ ਬੇਟਾ, ਬੱਚੇ ਵਿਗੜ ਜਾਤੇ ਹੈ, ਬੱਚੋਂ ਕਾ ਧਿਆਨ ਦੂਸਰੀ ਤਰਫ ਹੋ ਜਾਤਾ ਹੈ। ਹਾਂਜੀ ਬਾਬਾ, ਤੋ ਹਮਨੇ ਤੋ ਮਾਂ ਬਾਪ ਤੋ ਬੱਚੋਂ ਕੀ ਬਿਹਤਰੀ ਹੀ ਚਾਹਤੇ ਹੈ ਨਾ। ਹਾਂਜੀ, ਤੋ ਬੱਚੇ ਸੋਚਦੇ ਹੈ ਕਿ ਵੋ ਮਾਂ ਬਾਪ ਸੇ ਜ਼ਿਆਦਾ ਜਾਣਤੇ ਹੈ, ਤੋ ਇਸ ਲਈ ਅਗਰ ਹਮ ਉਸ ਦਾਇਰੇ ਮੇਂ ਰਹੇਂਗੇ ਤਭੀ ਤੋ ਬਖਸ਼ਿਸ਼ ਹੋਗੀ ਨਾ। ਹਾਂਜੀ ਬਾਬਾ ਜੀ,
हम बचपन से सुनते हैं कि इस जगत में मालिक की मर्जी के बगैर एक पत्ता भी नहीं हिल सकता, तो क्या बाबा जी फिर भी लोग बुरा करते हैं और जिसके साथ वो होता है क्या उसमें मालिक की मर्जी होती है? बेटा देखो, मालिक ने कुदरत का कानून बनाया और कुदरत का कानून कहता है कि जैसा बीज बोओगे वैसी फसल मिलेगी। अगर हम दूसरों से अच्छा बर्ताव करेंगे हमारे साथ अच्छा होगा, दूसरों से बुरा बर्ताव करेंगे हमारे साथ बुरा होगा। बेटा तो जो हमारी किस्मत है ना, वो एक मुकाम पे लाके खड़ा कर देती है। अब आगे आपके ऊपर मुनस्सर है, जितनी आसानी से आप गलत काम करते हो उतनी आसानी से सही भी कर सकते हो। तो जैसे करेंगे सही करेंगे कर्म खत्म हो जाएगा, गलत करेंगे एक नया सिलसिला शुरू हो जाएगा, बोझ बढ़ता जाएगा। बाबा जी, अब ये बच्चा वापस अपने पिता के घर जाना चाहता है और हमेशा के लिए वहीं रहना चाहता है, तो मेहर करना बाबा जी। कोई बाबा जी, मेरा एक ही सवाल है। मैं भजन सिमरन ते बैठनी हाँ, मेरा जीव भी लग जाता है। जब मैं तुन ते बैठनी हाँ ना, तुन सुनाई देती है तो मैं घबरा जाती हाँ। नहीं बेटा, घबराने की गल नहीं, तुन तो ताकत है बेटा, उहदे नाल तो सारी सृष्टि बनी है, उहदे नाल अपना जीवन चल रहा है। हुण उह ताकत अपना जे आपां अपने आप नूं उहदे नाल जोड़ांगे तो उहदे नाल तो हिम्मत वधूगी। ये मन डरांदा है कि आपां उहदे जाल चों ना निकल जाइए, ठीक है ना। सो आपां देखना कि साडे वास्ते किस चीज़ का फायदा है। अपना तो फायदा है कि आपां धुन दे नाल जुड़ीए। मन सोचता है कि जे धुन दे नाल जुड़नगे तो मेरे जाल चों निकल जाएंगे। हाँ, मैं घबरा जानी बहुत। घबरा घबराने की लोड़ नहीं, कुछ नहीं होंदा। बाकी जे तेन तबीयत खराब होवे उस दिन मैं घंटा घंटा दिनी हाँ, मेरे को ढाई घंटे नहीं बैठा जाता। नहीं, कोई कोई राशन। बाबा जी, आप जी का बहुत बहुत धन्यवाद जो आपने मुझे यहाँ तक बुलाया और आपके सामने मुझे खड़े होने का मौका मिला। मैं इस लायक नहीं था, फिर भी आपने मुझे यहाँ तक पहुँचाया। बाबा जी, मेरा सवाल ये है कि अगर कोई व्यक्ति किसी का अच्छा करता है, किसी के लिए अच्छा सोचता है, वो कितना बड़ा गुनाह है, और किसी के लिए बुरा करता है और किसी का बुरा सोचता है, वो कितना सही है? बेटा देखो, हमने किसी का बुरा नहीं करना, दूसरों का हमने ठेका नहीं लिया, हमने अपने कर्मों का हिसाब किताब देना है। बेटा हम किसी का बुरा सोचेंगे तो हमारा बुरा होगा। बेटा हम सभी का भला सोचेंगे, हमारे साथ भला होगा। इंसान के बस में बहुत कम चीज़ें हैं, मगर एक चीज़ जो इसके बस में है ना, कि वो तराजू चुन सकता है जिसमें तोला जाए। अगर हम सबसे प्यार करेंगे, मालिक हमारे साथ प्यार करेगा, हम दूसरों की परख करेंगे, हमारी परख होगी। सो इसलिए बेटा सही करें, ठीक है ना, सही करेंगे तो हमारे साथ भी ठीक होगा। बाबा जी, जब मैं सही करने की कोशिश करता हूँ तो कोई ना कोई मुझे बीच में टोक देता है कि तू ये कर रहा है, रहने दे इसको। ओ, तू रहन दे उन्हें, आप सारी दुनिया नहीं खुश कर सकते, ठीक है ना। आप जो आप ठीक समझती हो वो करो। अगर आप सोचती हो कि दुनिया को खुश कर सकते हैं, बेटा दुनिया कभी खुश नहीं होगी। बाबा जी, मेरा अगला सवाल ये है कि मतलब जो चीज हमारे पास है, अगर उसकी हमारे पास कदर नहीं है, अगर हम जो काम करते हैं उसकी हमारे पास कदर नहीं है, वो हमें काम करना चाहिए और वो हमें अपने पास चीज रखनी चाहिए या नहीं? बेटा जिस चीज की कदर ही नहीं, उन्हें डर रहना ही नहीं साडे कोले, ठीक है ना। हर एक चीज की कदर करो बेटा, मालिक ने जो भी दिता बहुत चंगा दिता। कदर करांगे ता ही वधूगा, तो जे कदर ही नहीं करांगे किथे रहूगा साडे कोले बेटा। बाबा जी, आप जी ने मेरा यहाँ तक बहुत साथ दिया है, आगे भी देते रहना, जो चीज़ मुझे दी है बहुत खुश हूँ उसमें। बस बाबा जी इतनी मेहर करना कि मेरे से कभी भी कोई भी काम बुरा मत करवाना, बस जो भी मैं करूँ अच्छा ही करूँ सबका। बाबा जी दया कर दो, दया कर दें, फुल कृपा करो बाबा जी, हैं फुल कृपा करो। नहीं तुसी तो ऐं खड़े होके मंगदे हो जिवें बाबे ने टूटी बंद करती, ਹੁਣ ਕਿਵੇਂ ਖੋਲੀਏ ਟੂਟੀ? ਨਹੀਂ ਟੂਟੀ ਬੰਦ ਹੀ ਤਾਂ ਲੱਗਦੀ ਹੈ, ਤਾਂ ਹੀ ਨਹੀਂ ਕੁਝ ਹੁੰਦਾ। ਹੈਂ, ਤੁਸੀਂ ਦਇਆ ਕਰੋ ਫੁੱਲ, ਉਸ ਦਇਆ ਪਤਾ ਖੋਲ ਦੋ ਮੇਰਾ ਬਾਬਾ ਜੀ। ਬੇਟਾ ਦਇਆ ਸਾਨੂੰ ਆਪਣੇ ਉੱਤੇ ਕਰਨ ਦੀ ਲੋੜ ਹੈ। ਮੈਂ ਪਿੰਡ ਜਾਂਦਾ, ਮੈਂ ਬੜਾ ਪਰੇਸ਼ਾਨ ਹੁੰਦਾ, ਮੈਨੂੰ ਯਾਦ ਬੜੀ ਆਉਂਦੀ ਹੈ ਤੁਹਾਡੀ, ਉਦੋਂ ਤਾਂ ਪਿੱਟਦਾ ਬਾਬਾ ਜੀ ਮੈਂ ਬਹੁਤ। ਨਹੀਂ ਬੇਟਾ ਦੇਖੋ, ਦੁਨੀਆਂ ਦਾ ਕਾਨੂੰਨ ਹੈ ਜੈਸੀ ਕਰਨੀ ਵੈਸੀ ਭਰਨੀ, ਠੀਕ ਹੈ ਨਾ। ਜੇ ਆਪਾਂ ਇਹਨਾਂ ਚੀਜ਼ਾਂ ਨੂੰ ਆਪਣੀ ਕਰਨੀ ਵਿੱਚ ਜ਼ਾਹਿਰ ਕਰਾਂਗੇ ਨਾ, ਮਾਲਕ ਜ਼ਰੂਰ ਬਖਸ਼ਿਸ਼ ਕਰ। ਬਾਬਾ ਜੀ ਮੈਂ ਭਜਨ ਬੰਨਾ ਪਰ ਕਦੇ ਤਾਂ ਬਣ ਜਾਂਦਾ, ਕਦੇ ਨਹੀਂ ਬਣਦਾ। ਨਾ ਇਹ ਨਾ ਸੋਚੋ ਤੁਸੀਂ, ਪਰਖਾਂ 'ਚ ਨਹੀਂ ਪੈਣਾ, ਤੁਸੀਂ ਬਸ ਕਰੀ ਚੱਲੋ ਬੇਟਾ, ਉਹ ਸਾਡੀ ਕਰਨੀ ਦੇਖਦਾ ਬੇਟਾ। ਤੁਸੀਂ ਤਾਂ ਕੱਲ੍ਹ ਆਈ ਚੱਲੋ ਫਿਰ, ਕੋਈ ਨਹੀਂ ਤੁਸੀਂ ਬਸ ਕਰੀ ਚੱਲੋ, ਰੁਕਣਾ ਨਹੀਂ ਚਾਹੀਦਾ।
ਮੇਰਾ ਪਰਦਾ ਖੋਲੋ ਬਾਬਾ ਜੀ ਕਿਸੇ ਤਰ੍ਹਾਂ। ਮਿਹਨਤ ਕਰ ਬੇਟਾ, ਆਪਾਂ ਦੇਖੋ ਦੇਣ ਨੂੰ ਤਾਂ ਬਥੇਰਾ ਕੁਛ ਦੇ ਦੂਗਾ, ਪਰ ਆਪਾਂ ਨੂੰ ਕਦਰ ਤਾਂ ਪਵੇ। ਕਦਰ ਕਰਾਂ ਬਾਬਾ ਜੀ ਜ਼ਰੂਰ, ਹੈਂ ਜ਼ਰੂਰ ਕਰਾਂ। ਐ ਮੂੰਹ ਦੇ ਨਾਲ ਨਹੀਂ, ਕਰਨੀ ਦੇ ਨਾਲ ਬਾਬਾ ਜੀ, ਕਰਨੀ ਦੇ ਨਾਲ। ਫਿਰ ਮੇਰਾ ਦਿਲ ਨਹੀਂ ਲੱਗਦਾ ਘਰ ਜਾ ਕੇ, ਮੈਂ ਰੋਂਦਾ ਪਿੱਟਦਾ ਬਾਬਾ ਜੀ ਬਹੁਤ। ਯਾਦ ਬੜੀ ਆਉਂਦੀ ਆ ਤੁਹਾਡੀ। ਘਰ ਚ ਹੋਰ ਹੈ ਨੀ ਕੋਈ? ਹਾਂਜੀ ਘਰ ਵਾਲੀ ਹੈ, ਮੰਮੀ ਡੈਡੀ ਹੈ। ਉਹ ਘਰ ਵਾਲੀ ਨੂੰ ਨਾਮਦਾਨ ਦੀ ਬਖਸ਼ਿਸ਼ ਕਰ ਦੋ ਬਾਬਾ ਜੀ। ਹੁਣ ਫਿਰ ਮੈਨੂੰ ਮੌਕਾ ਵੀ ਨੀ ਮਿਲਣਾ ਫਿਰ ਦੁਬਾਰਾ। ਹਾਂ ਬੜੀ ਮੁਸ਼ਕਿਲ ਮਿਲਿਆ ਬਾਬਾ ਜੀ, ਬੜੀ ਜ਼ਬਰਦਸਤੀ ਹੈ। ਬਾਪ ਹੈ ਸਾਡਾ ਤਾਂ ਹੀ ਹੈ, ਐਵੇਂ ਨਹੀਂ ਹੈ। ਹਾਂ ਕਿਸੇ ਹੋਰ ਕੋਲ ਵੀ ਹੱਥ ਮੰਗਦਿਆ ਸੀ। ਹਾਂ ਬਚ ਨਹੀਂ ਸਕਦੇ।